ਲੈ ਕੁੜੇ ਜੀਤੀ ਅੱਜ ਤੂੰ ਕਦੋਂ ਆ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ ਬਸ ਹੁਣੀ ਆਈ ਸੀ ਬੇਬੇ ਮੈਂ ਤਾਂ ਲਾ ਕੇ ਝਾੜੂ ਜਾ ਲਾਉਣ ਲੱਗ ਗਈ ਲੈ ਮੈਂ ਵੀ ਅੱਜ ਗੁਰੂ ਘਰ ਜਾ ਕੇ ਆਈ ਸੀ ਅੱਛਾ ਤੁਹਾਡੇ ਦੋਨਾਂ ਵਾਸਤੇ ਪ੍ਰਸ਼ਾਦ ਰੱਖਿਆ ਸੀ ਤੁਸੀਂ ਵੀ ਤਾਂ ਘਰ ਦੇ ਮੈਂਬਰ ਹੀ ਹੋ ਹਾਂ ਬੇਬੇ ਜੀ ਮੈਂ ਤਾਂ ਨਾਲੇ ਜਵਾਬੇ ਦੀ ਅਰਦਾਸ ਕਰਾ ਕੇ ਆਈ ਆ ਵੀ ਮੇਰੇ ਨੂੰਹ ਤੇ ਪੁੱਤ ਨੂੰ ਰਾਜੀ ਖੁਸ਼ੀ ਰੱਖੀ ਸਹੀ ਗੱਲ ਆ ਬੇਬੇ ਕਹਿੰਦੇ ਹੁੰਦੇ ਨੇ ਨਾ ਜੇ ਆਪਾਂ ਕਿਸੇ ਇਨਸਾਨ ਬਾਰੇ ਚੰਗਾ ਸੋਚਦੇ ਆ ਨਾ ਤਾਂ ਰੱਬ ਵੀ ਉਹਦਾ ਚੰਗਾ ਹੀ ਕਰਦਾ ਹੈ ਤਾਂ ਹੀ ਤਾਂ ਸਿਆਣਿਆਂ ਨੇ ਕਿਹਾਗਾ ਵੀ ਇਹਨਾਂ ਬੰਦਿਆਂ ਵਿੱਚ ਹੀ ਰੱਬ ਵੱਸਦਾ ਹੈ ਸਹੀ ਗੱਲ ਹੈ ਧੀਏ ਪਰ ਅੱਜ ਕੱਲ ਤਾਂ ਬੰਦੇ ਵੀ ਰੱਬ ਨੂੰ ਭੁੱਲੇ ਬੈਠੇ ਆ ਤਾਂ ਹੀ ਤਾਂ ਮੈਂ ਰੋਜ਼ ਗੁਰਦੁਆਰੇ ਜਾਂਦੀ ਆ ਵੀ ਰੱਬ ਸਾਡੇ ਤੇ ਠੰਡੀ ਨਿਗਾਹ ਰੱਖੇ ਹਾਂ ਬੇਬੇ ਜੀ ਜੇ ਬੰਦਾ ਰੱਬ ਨਾਲ ਨਾ ਭੁੱਲੇ ਤਾਂ ਰੱਬ ਉਹ ਬੰਦੇ ਦੀ ਕਦੇ ਪਿੱਠ ਨਹੀਂ ਲੱਗਣ ਦਿੰਦਾ ਤਾਂ ਹੀ ਤਾਂ ਆਪਣੇ ਘਰੇ ਇਸ ਚੀਜ਼ ਦੀ ਘਾਟ ਨਹੀਂ ਹੈਗੀ ਪਰ ਇੱਕ ਗੱਲ ਨਾ ਬੇਬੇ ਜਮਾ ਸੱਚੀ ਹੈ ਜਦੋਂ ਦਾ ਸ਼ਿਵ ਬਾਈ ਦਾ ਵਿਆਹ ਹੋਇਆ ਨਾ ਅੰਦਰੋਂ ਬਾਹਰ ਹੀ ਨਿਕਲਦਾ ਅੰਦਰ ਹੀ ਬੜਾ ਰਹਿੰਦਾ ਸਹੀ ਗੱਲ ਹੈ ਬੇਬੇ ਪਰ ਬੇਬੇ ਮਾਰਨਾ ਬਾਜ ਬਾਈ ਨੂੰ ਅੰਦਰੋਂ ਤੂੰ ਹੀ ਮਾਰ ਲੈ ਬਾਈ ਚੱਲ ਮੈਂ ਮਾਰ ਲੈਣਾ ਸ਼ਿਵ ਬਾਈ ਉਹ ਬਾਈ ਕਦੇ ਬਾਹਰ ਵੀ ਆ ਜਾ ਜਦੋਂ ਦਾ ਵਿਆਹ ਹੋਇਆ ਨਾ ਅੰਦਰ ਹੀ ਬੜਾ ਰਹਿਣਾ ਕੋਈ ਕਿਰਾਇਆ ਕਰ ਕੰਮ ਦਿੰਦਾ ਸਾਡੇ ਨਾਲ ਵੀ ਦੇਖ ਕੇ ਉਹਨੂੰ ਕੀ ਕਹਿੰਦਾ ਉਹ ਲਓ ਆ ਗਏ ਬਾਈ ਜੀ ਆਹੋ ਬਾਈ ਤੈਨੂੰ ਮਾਸ਼ਕਰੀਆਂ ਉੜਦੀਆਂ ਨੇ ਠੀਕ ਹੈ ਦਿਨ ਨੇ ਤੇਰੇ ਕੋਈ ਨੀ ਚੱਲ ਖੇਤ ਚੱਲ ਪੁੱਤ ਉੱਥੇ ਪੁੱਛਦਾ ਮੈਂ ਤੈਨੂੰ ਉਹ ਬਾਈ ਖੇਤ ਚੱਲਾਂਗੇ ਤਾਂ ਹੀ ਤਾਂ ਤੈਨੂੰ ਆਵਾਜ਼ ਮਾਰੀ ਹੈ ਇਹ ਗੱਲ ਤਾਂ ਸੱਚੀ ਹੈ ਬਾਈ ਅੱਜ ਜਿਸ ਦਿਨ ਦਾ ਨਾ ਤੁਹਾਡਾ ਵਿਆਹ ਹੋਇਆ ਮੈਂ ਤਾਂ ਆਪਸ ਨੂੰ ਬਾਹਰ ਦੇਖੇ ਹੀ ਨਹੀਂ ਬਸ ਅੰਦਰ ਹੀ ਬੜੇ ਬੈਠੇ ਰਹਿੰਦੇ ਹੋ ਓਏ ਮਾਂ ਕਹਿੰਦੀ ਸੀ ਪਹਿਲਾਂ ਹੁਣ ਤੁਸੀਂ ਦੋਨੇ ਵੀ ਲੱਗ ਗਏ ਸਾਰਿਆਂ ਦੀ ਇੱਕੋ ਹੀ ਰਾਇ ਹੈ ਲੈ ਫੜਮਾ ਗਲਾਸ ਚੱਲ ਬਾਈ ਆਪਾਂ ਖੇਤ ਨੂੰ ਚੱਲੀਏ ਹਾਂ ਹਾਂ ਚੱਲ ਬਾਈ ਆਹੋ ਚਲੋ ਜਾਇਓ ਤੁਸੀਂ ਖੇਤ ਮੈਂ ਕਰ ਲਾਂ ਕੰਮ ਠੀਕ ਹੈ ਚੱਲ ਬਾਈ ਨਾ ਉਹ ਤੂੰ ਜ਼ਿਆਦਾ ਨਹੀਂ ਬੋਲਣ ਲੱਗ ਗਿਆ ਹੈਂ ਦੀਦੀ ਤੁਹਾਡੇ ਸਾਰੇ ਕੰਮ ਨਿਬੜ ਗਏ ਹਾਂ ਭਾਬੀ ਹੋ ਗਏ ਕੰਮ ਤਾਂ ਸਾਰੇ ਦੀਦੀ ਜੇ ਤੁਹਾਡੇ ਕੰਮ ਨਿਬੜ ਗਏ ਸੀ ਤਾਂ ਪਹਿਲਾਂ ਰੋਟੀ ਖਾ ਲੈਂਦੇ ਤੁਸੀਂ ਭਾਬੀ ਤੁਸੀਂ ਮੈਨੂੰ ਨਾ ਦੀਦੀ ਨਾ ਕਿਹਾ ਕਰੋ ਮੇਰਾ ਨਾਮ ਲੈ ਕੇ ਬੁਲਾ ਲਿਆ ਕਰੋ ਲੈ ਨਾਮ ਲੈ ਕੇ ਕਿਉਂ ਬੁਲਾ ਲਿਆ ਕਰਾਂ ਜਦੋਂ ਮੈਨੂੰ ਸ਼ਿਵ ਨੇ ਤੁਹਾਡੀ ਰੱਖੜੀ ਵਾਲੀ ਗੱਲ ਦੱਸੀ ਸੀ ਨਾ ਕੇਰਾਂ ਕੇਰਾਂ ਤਾਂ ਮੈਨੂੰ ਬਹੁਤ ਗੁੱਸਾ ਆਇਆ ਸੀ ਤੁਹਾਡੇ ਤੇ ਫਿਰ ਮੈਂ ਆਪਦੇ ਆਪ ਨੂੰ ਤੁਹਾਡੀ ਜਗ੍ਹਾ ਤੇ ਰੱਖ ਕੇ ਸੋਚਿਆ ਵੀ ਜਦੋਂ ਆਪਾਂ ਨੂੰ ਸੱਚਾਈ ਦਾ ਨਹੀਂ ਪਤਾ ਹੁੰਦਾ ਗਲਤ ਸੋਚ ਤਾਂ ਬੰਦੇ ਦੇ ਦਿਮਾਗ 'ਚ ਆਪ ਹੀ ਆ ਜਾਂਦੀ ਆ ਚਲੋ ਫੇਰ ਵੀ ਵਧੀਆ ਹੋਇਆ ਵੀ ਤੁਹਾਡੀ ਗੱਲ ਸਾਰੀ ਕਲੀਅਰ ਹੋ ਗਈ ਨਾਲੇ ਜੇ ਸ਼ਿਵ ਤੁਹਾਨੂੰ ਭੈਣ ਮੰਨਦੇ ਆ ਤਾਂ ਮੈਂ ਵੀ ਤੁਹਾਨੂੰ ਦੀਦੀ ਕਹੂੰਗੀ ਨਾ ਚਲੋ ਠੀਕ ਹੈ ਜਿਵੇਂ ਤੈਨੂੰ ਠੀਕ ਲੱਗੇ ਉਵੇਂ ਬੋਲ ਲਿਆ ਕਰ ਮੈਨੂੰ ਅੱਛਾ ਮੈਂ ਨਾ ਆਪਦੇ ਪੇਕੇ ਗਈ ਸੀ ਤੇ ਉੱਥੇ ਮੇਰੇ ਪੁਰਾਣੇ ਕੱਪੜੇ ਪਏ ਸੀ ਆ ਮੈਂ ਤੁਹਾਡੇ ਲਈ ਲਈ ਆਈ ਅੱਛਾ ਠੀਕ ਹੈ ਤੇਰਾ ਬਹੁਤ ਬਹੁਤ ਧੰਨਵਾਦ ਪਾ ਲਿਓ ਹੁਣ ਇਹਨਾਂ ਨੂੰ ਹਾਂ ਹਾਂ ਹੁਣ ਤਾਂ ਮੈਂ ਜ਼ਰੂਰ ਪਾਉਂਗੀ ਕਿਉਂਕਿ ਤੂੰ ਮੈਨੂੰ ਆਪਦੀ ਨੰਦ 'ਚੋਂ ਮੰਨਿਆਗਾ ਹਾਂ ਨਾਲੇ ਮੇਰੀ ਕੋਈ ਨਨਾਣ ਤਾਂ ਹੈ ਹੀ ਨਹੀਂ ਮੈਂ ਤਾਂ ਤੁਹਾਨੂੰ ਹੀ ਆਪਦੀ ਨਨਾਣ ਬਣਾ ਕੇ ਰੱਖੂ ਇੱਕ ਗੱਲ ਤਾਂ ਹੈ ਤੁਹਾਡੇ ਆਉਣ ਨਾਲ ਨਾ ਘਰ 'ਚ ਜਿਵੇਂ ਰੌਣਕ ਜੀ ਆ ਗਈ ਹੁਣ ਇਹ ਰੌਣਕ ਨੂੰ ਬਸ ਚਾਰ ਚੰਨ ਲਾ ਦੇ ਉਹ ਕਿਵੇਂ ਹੁਣ ਦੀਦੀ ਤਾਂ ਤੂੰ ਮੈਨੂੰ ਕਹੀ ਦਿੱਤਾ ਹੁਣ ਦੀਦੀ ਤੋਂ ਭੂਆ ਵੀ ਬਣਾ ਦੇ ਫਿਰ ਆ ਕਦੋਂ ਨਿਕਲ ਜਾ ਕਾਕਾ ਮੇਰੇ ਪਿੱਛੇ ਪਿੱਛੇ ਮੈਨੂੰ ਭੂਆ ਭੂਆ ਕਹਿੰਦਾ ਫਿਰੇ ਦੀਦੀ ਪਹਿਲਾਂ ਤਾਂ ਤੁਸੀਂ ਹੌਲੀ ਬੋਲੋ ਜੇ ਕਿਤੇ ਮੰਮੀ ਨੂੰ ਸੁਣ ਗਿਆ ਨਾ ਤਾਂ ਬਸ ਫਿਰ ਮੰਮੀ ਤਾਂ ਪਹਿਲਾਂ ਹੀ ਮਗਰ ਪਏ ਰਹਿੰਦੇ ਆ ਨਾਲੇ ਸੱਸਾਂ ਨੂੰ ਤਾਂ ਵੈਸੇ ਵੀ ਪਹਿਲਾਂ ਇਹੀ ਹੁੰਦਾ ਕਦੋਂ ਸਾਡੇ ਪੋਤੇ ਪੋਤੀਆਂ ਹੋ ਜਾਣ ਇਹ ਤਾਂ ਫਿਰ ਹੁਣ ਹੋਣਗੇ ਜਦੋਂ ਵਿਆਹ ਹੋ ਗਿਆ ਫਿਰ ਪੋਤੇ ਪੋਤੀਆਂ ਵੀ ਹੋਣਗੇ ਚਲੋ ਤੁਸੀਂ ਕਰ ਲਓ ਆਪਦੇ ਕੰਮ ਕਰ ਠੀਕ ਹੈ ਮੈਂ ਕਰਦੀ ਹਾਂ ਕੰਮ ਸੱਚੀ ਬਾਈ ਮੈਂ ਤਾਂ ਬਾਹਲੇ ਜ਼ਿਆਦਾ ਖੁਸ਼ ਹਾਂ ਯਾਰ ਕਿਸ ਗੱਲ ਤੋਂ ਏ ਬਾਈ ਤੇਰਾ ਵਿਆਹ ਜੋ ਹੋ ਗਿਆ ਹੈ ਇੱਕ ਤਾਂ ਬੇਬੇ ਦੇਖ ਲੈ ਯਾਰ ਗੋਡੇ ਘੜੀਸਦੀ ਫਿਰਦੀ ਹੁੰਦੀ ਸੀ ਹੁਣ ਤਾਂ ਨਾਲੇ ਭਰਜਾਈ ਘਰੇ ਵਧੀਆ ਆ ਗਈ ਕੰਮ ਵਾਲੀ ਨਾਲੇ ਸਿਆਣੀ ਆ ਬਾਈ ਓਏ ਬਾਈ ਹਾਂ ਇੱਕ ਤੇਰਾ ਇੱਕ ਬੇਬੇ ਦਾ ਦੋਨੇ ਜਣੇ ਦਾ ਮੇਰੇ ਤੇ ਸਭ ਤੋਂ ਵੱਧ ਪ੍ਰੈਸ਼ਰ ਸੀਗਾ ਹਾਂ ਬਾਈ ਬਸ ਮੈਂ ਇਸੇ ਗੱਲੋਂ ਵਿਆਹ ਕਰ ਲਿਆ ਉਹ ਤਾਂ ਮੇਰੀ ਪਰਮਾਤਮਾ ਨੇ ਸੁਣ ਲਈ 84 ਵਾਲੇ ਚੱਕਰਾਂ 'ਚ ਨਹੀਂ ਪਿਆ ਮੈਂ ਜੇ ਕਿਤੇ ਮਾੜੀ ਮੋਟੀ ਤੇਜ਼ ਮਿਲ ਜਾਂਦੀ ਨਾ ਮਾਰਿਆ ਜਾਂਦਾ ਬਾਈ ਮੈਂ ਉਹ ਨਹੀਂ ਬਾਈ ਤੂੰ ਤੁਹਾਡਾ ਸੁਭਾਅ ਵਧੀਆ ਯਾਰ ਤੋ ਜੀ ਕਰਮ ਵਾਲੀ ਵਿਚਾਰੀ ਮੂਹਰੋਂ ਵਧੀਆ ਮਿਲ ਗਿਆ ਆਪਾਂ ਨੂੰ ਹੈ ਇਹ ਗੱਲ ਤਾਂ ਹੈਗੀ ਆ ਨਾਲੇ ਤੇਰੀਆਂ ਅੱਖਾਂ 'ਚ ਮੈਨੂੰ ਖੁਸ਼ੀ ਕੋਈ ਹੋਰ ਲੱਗਦੀ ਹੈ ਹਾਂ ਦੱਸ ਦੇ ਦੱਸ ਦੇਣਾ ਯਾਰ ਤੁਹਾਨੂੰ ਨਹੀਂ ਦੱਸੋ ਬਾਈ ਹੋਰ ਕਿਹਨੂੰ ਦੱਸੂੰਗਾ ਤੁਸੀਂ ਨਾ ਬਾਈ ਚਾਚਾ ਬਣਨ ਵਾਲੇ ਹੋ ਓਏ ਹੋਏ ਕੀ ਬਾਤਾਂ ਨੇ ਖੜਾ ਹੋ ਜੱਫੀ ਪਾ ਯਾਰ ਹਾਂ ਹਾਂ ਬਾਈ ਜ਼ਰੂਰ ਬੜੀਆਂ ਵਧਾਈਆਂ ਬਾਈ ਤੈਨੂੰ ਬੜੀਆਂ ਵਧਾਈਆਂ ਬਾਈ ਤੁਹਾਨੂੰ ਵੀ ਤੈ ਨਾ ਆ ਖੁਸ਼ੀ ਨਾ ਦੁੱਗਣੀ ਤਿੱਗਣੀ ਚੌਗਣੀ ਕਰਤੀ ਯਾਰ ਨਾ ਓਏ ਤੇ ਘਰੇ ਨਹੀਂ ਦੱਸਿਆ ਓਏ ਆਪਾਂ ਇੱਕ ਲੱਡੂ ਕੀ ਫਿਰ ਗੁਲਾਬ ਜਾਮਣਾ ਵੀ ਲਿਆਉਂਦੇ ਯਾਰ ਇਹ ਤਾਂ ਗੱਲ ਸਹੀ ਹੈ ਬਾਈ ਮੈਂ ਦੱਸਣ ਦਾ ਪਹਿਲਾਂ ਘਰੇ ਲੱਗਿਆ ਸੀਗਾ ਫਿਰ ਮੈਂ ਸੋਚਿਆ ਬਾਈ ਮੈਂ ਬੇਬੇ ਮੂਹਰੇ ਕਿਵੇਂ ਜੇ ਗੱਲ ਕਰੂੰ ਜਵਾਕ ਆਲੀ ਹਨਾ ਸਹੀ ਗੱਲ ਹੁਣ ਬਾਈ ਬੇਬੇ ਨੂੰ ਤਾਂ ਆਪਣੀ ਜਿੱਤੀ ਵੀ ਦੱਸ ਦੂਗੀ ਸਹੀ ਗੱਲ ਹੈ ਬਾਈ ਹੋਰ ਜਮਾ ਸੱਚ ਗੱਲ ਹੈ ਹੋਰ ਐਂ ਕਹਿੰਦਾ ਸੀ ਬਾਈ
ਮਾਂ ਬਾਈ ਨੂੰ ਚੱਲ ਮੈਂ ਖੇਤ ਜਾ ਕੇ ਦੱਸ ਦੂੰਗਾ। ਓਏ ਸੌ ਲੱਗੇ, ਬਾਹਲੀ ਖੁਸ਼ੀ ਹੋਈ ਹੈ ਮੈਨੂੰ ਤਾਂ। ਨਾਲੇ ਮੇਰੀ ਗੱਲ ਸੁਣ ਲੈ, ਹੁਣ ਜੀਤੀ ਨੂੰ ਕਹਿ ਦੀ ਵੀ ਵਾਧੂ ਘਰਾਂ ਦਾ ਕੰਮ ਕਰਨ ਦੀ ਲੋੜ ਨਹੀਂ, ਨਾਲੇ ਆਹ ਪੈਸੇ ਟੱਕੇ ਦੀ ਲੋੜ ਹੁੰਦੀ ਹੈ ਨਾ, ਹੋਰ ਕਿਸੇ ਮੰਗਣ ਦੀ ਲੋੜ ਨਹੀਂ, ਸਿੱਧਾ ਆਪਣੇ ਲਵੇ ਆਵੇ, ਮੇਰੇ ਤੋਂ ਮੰਗ ਲਿਆ ਕਰ। ਬਸ ਠੀਕ ਹੈ ਬਾਈ, ਠੀਕ ਹੈ ਨਾ। ਹਾਂ ਬੇਬੇ ਨੂੰ ਵੀ ਕਹਿਣ ਦੀ ਲੋੜ ਨਹੀਂ, ਤੈਨੂੰ ਪਤੀ ਹੈ ਬੁੜੀਆਂ ਦੀ ਆਦਤ ਯਾਰ। ਇਹ ਤਾਂ ਹੈ ਫਿਰ, ਪਰ ਨਾ ਬਾਈ ਇੱਕ ਗੱਲ ਨਾ ਮੈਨੂੰ ਵਿੱਚੋਂ ਵਿੱਚ ਬਹੁਤ ਸਤਾਰੀ ਆ। ਸਤਾਰੀ ਹੈ? ਹਾਂ ਕੀ ਗੱਲ, ਬੱਚਾ ਤਾਂ ਠੀਕ ਹੈ? ਬੱਚਾ ਤਾਂ ਬਾਈ ਠੀਕ ਆ, ਮੈਂ ਤਾਂ ਇਹ ਸੋਚਦਾ ਹੁੰਦਾ ਯਾਰ ਕਦੇ ਕਦੇ, ਜੇ ਤਾਂ ਕੁੜੀ ਹੋ ਗਈ ਫਿਰ ਤਾਂ ਚੱਲ ਅੱਠ ਦਸ ਕਰਾ ਕੇ ਉਹਦਾ ਵਿਆਹ ਕਰ ਦਾਂਗੇ ਬਾਈ, ਆਪਦੇ ਘਰੇ ਵਗ ਜੂ। ਪਰ ਜੇ ਬਾਈ ਮੁੰਡਾ ਹੋ ਗਿਆ ਨਾ ਫਿਰ ਔਖਾ ਹੋ ਜੂ। ਔਖਾ? ਔਖਾ ਕਹਿਦਾ ਹੋਏ? ਇਸੇ ਗੱਲ ਦਾ ਬਾਈ ਕਿ ਵੱਡਾ ਹੋ ਕੇ ਉਹ ਵੀ ਮੇਰੇ ਵਾਂਗੂ ਸੀਰੀ ਰਲਦਾ ਫਿਰੇ, ਇਹ ਮੈਥੋਂ ਬਰਦਾਸ਼ਤ ਨਹੀਂ ਹੋਣਾ ਬਾਈ। ਉਹ ਲੈ ਕਿਹੜੀਆਂ ਗੱਲਾਂ ਸੋਚੀ ਜਾਂਦਾ, ਕੌਣ ਕਹਿੰਦਾ ਉਹ ਸੀਰੀ ਰਲੇ? ਬਾਈ ਪਤਾ ਕੀ ਆ, ਮੈਂ ਤੁਹਾਨੂੰ ਵੀ ਨਹੀਂ ਮਾੜਾ ਕਹਿੰਦਾ, ਪਰ ਜਿਹੜੀ ਆ ਸੀਰੀ ਵਾਲੀ ਕੜੀ ਆ ਨਾ, ਇਹ ਹੁਣ ਮੈਂ ਤੋੜਨਾ ਚਾਹੁੰਦਾ। ਮੈਂ ਨਹੀਂ ਚਾਹੁੰਦਾ ਕਿ ਮੇਰਾ ਜਵਾਕ ਵੀ ਗਾਹਾਂ ਕਿਸੇ ਦਾ ਸੀਰੀ ਰਲਦਾ ਫਿਰੇ, ਇਹ ਚੀਜ਼ ਮੈਥੋਂ ਬਰਦਾਸ਼ਤ ਨਹੀਂ ਹੋਣੀ ਬਾਈ। ਉਹ ਫੇਰ ਕੀ ਚੱਕਰ ਹੈ, ਜ਼ਰੂਰੀ ਥੋੜ੍ਹੀ ਹੈ ਵੀ ਸੀਰੀ ਦਾ ਪੁੱਤ ਸੀਰੀ ਹੋਵੇ, ਜ਼ਰੂਰੀ ਨਹੀਂ ਹੈਗਾ। ਆਪਾਂ ਤੋੜਾਂਗੇ ਯਾਰ ਕੜੀ, ਜਿਵੇਂ ਤੁਸੀਂ ਸਾਡੇ ਪਰਿਵਾਰ ਦਾ ਅੰਗ ਹੋ, ਉਹ ਵੀ ਤਾਂ ਸਾਡੇ ਪਰਿਵਾਰ ਦਾ ਜੀ ਹੋਊਗਾ, ਕਿਹੜੇ ਫਿਕਰਾਂ 'ਚ ਪਿਆ? ਬਾਈ ਫਿਕਰ ਤਾਂ ਬਹੁਤ ਵੱਡਾ ਸੀਗਾ, ਪਰ ਤੁਸੀਂ ਗੱਲ ਕਰਕੇ ਨਾ ਮੇਰੇ ਜੋ ਵੀ ਨਾ ਫਿਕਰ ਕਰ, ਨਾਲ ਆਵੇਂ ਤੇਰੇ, ਸੀਰੀ ਥੋੜ੍ਹੀ ਆ ਤੂੰ, ਓਏ ਭਾਈ ਆ ਤੂੰ ਮੇਰਾ। ਇਹ ਤਾਂ ਗੱਲ ਹੈ ਬਾਈ, ਇੱਕ ਪਾਸੇ ਕੰਜਰਾ ਚਾਚਾ ਆਇਆ ਕਹੀ ਜਾਂਦਾ, ਦੂਜੇ ਪਾਸੇ ਆਹ ਪਤਾ ਨਹੀਂ ਕਿਹੜੀਆਂ ਗੱਲਾਂ ਸੋਚੀ ਜਾਂਦਾ, ਉਈ ਨਾ ਫਿਕਰ ਕਰਿਆ ਕਰ। ਬਸ ਬਾਈ ਜਦੋਂ ਕਿਤੇ ਇਕੱਲਾ ਹੋ ਜਾਂਦਾ ਨਾ ਉਦੋਂ ਹੀ ਗੱਲਾਂ ਦਿਮਾਗ 'ਚ ਆ ਜਾਂਦੀਆਂ। ਜਮੀ ਨਾ ਇਕੱਲਾ ਸਮਝ, ਨਾਲ ਆਵੇਂ ਤੇਰੇ, ਠੀਕ ਹੈ? ਠੀਕ ਹੈ ਬਾਈ। ਪੁੱਤ ਲੱਡੂ ਖਾ ਲਿਆ ਸੀ ਤੈਂ? ਹਾਂਜੀ ਮੰਮੀ, ਦੀਦੀ ਨੇ ਦੇਤਾ ਸੀ ਮੈਨੂੰ ਲੱਡੂ ਤਾਂ। ਚੱਲ ਵਧੀਆ ਕੀਤਾ, ਨਾਲੇ ਮੇਰੀ ਗੱਲ ਸੁਣਤੀ ਹੈ, ਅੱਜ ਤਾਂ ਮੈਂ ਗੁਰਦੁਆਰੇ ਡੱਬਾ ਤੁਹਾਡੇ ਵਿਆਹ ਦੀ ਖੁਸ਼ੀ ਦਾ ਚੜ੍ਹਾ ਕੇ ਆਈ ਹਾਂ, ਹੁਣ ਛੇਤੀ ਛੇਤੀ ਮੈਨੂੰ ਪੋਤੇ ਦਾ ਮੂੰਹ ਦਿਖਾ। ਹੇ ਰੱਬਾ ਕਿਤੇ ਪੱਥਰ ਨਾ ਮੱਥੇ ਮਾਰੀ, ਮੈਨੂੰ ਤਾਂ ਬਸ ਪੋਤਾ ਹੀ ਚਾਹੀਦਾ। ਪੋਤਾ ਹੀ ਚਾਹੀਦਾ? ਮੰਮੀ ਇਹ ਤੁਸੀਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ, ਅਜੇ ਤਾਂ ਕਿਸੇ ਜੀ ਨੇ ਜਨਮ ਵੀ ਨਹੀਂ ਲਿਆ ਆਪਣੇ ਘਰੇ, ਤੁਸੀਂ ਪਹਿਲਾਂ ਹੀ ਭੇਦਭਾਵ ਕਰਨ ਲੱਗ ਗਏ। ਮੈਨੂੰ ਕੋਈ ਫਰਕ ਨਹੀਂ ਪੈਂਦਾ ਚਾਹੇ ਮੇਰੇ ਧੀ ਹੋਵੇ ਚਾਹੇ ਮੇਰੇ ਪੁੱਤ ਹੋਵੇ, ਮੈਨੂੰ ਤਾਂ ਦੋਵੇਂ ਇੱਕੋ ਬਰਾਬਰ ਹੀ ਆ, ਨਾਲੇ ਇਹ ਰੱਬ ਦੀ ਦਿੱਤੀ ਦਾਤ ਹੁੰਦੀ ਆ, ਇਹ ਆਪਣੇ ਹੱਥ ਵਸ ਥੋੜ੍ਹੀ ਹੁੰਦਾ ਗਾ। ਸਹੀ ਕਿਹਾ ਭਾਬੀ ਜੀ। ਬੇਬੇ ਜੀ ਆਹ ਤੁਸੀਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ, ਪਹਿਲਾਂ ਅੱਜ ਦਾ ਟਾਈਮ ਤਾਂ ਦੇਖ ਲਓ, ਭਲਾ ਅੱਜ ਕੱਲ੍ਹ ਮੁੰਡੇ ਕੁੜੀ 'ਚ ਕੌਣ ਫਰਕ ਸਮਝਦਾ? ਜੀਤੀ ਤੂੰ ਤਾਂ ਨਾ ਚੁੱਪ ਹੀ ਰਹਿ, ਇਹ ਸਾਡੇ ਘਰ ਦਾ ਮਸਲਾ, ਨਾਲੇ ਤੂੰ ਐਵੇਂ ਮੈਨੂੰ ਬਹੁਤੀਆਂ ਮੱਤਾਂ ਨਾ ਦੇ, ਜੋ ਮੈਂ ਕਹਿਤਾ ਉਹ ਹੋਣਾ ਚਾਹੀਦਾ। ਠੀਕ ਕਿਹਾ ਦੀਦੀ ਨੇ ਮੰਮੀ, ਅੱਜ ਕੱਲ੍ਹ ਤਾਂ ਜਮਾਂ ਹੀ ਕੋਈ ਵੀ ਨਹੀਂ ਫਰਕ ਕਰਦਾ। ਆ ਗੱਲ ਕਹਿ ਕੇ ਤਾਂ ਤੈਂ ਮੇਰਾ ਚੇਤੀ ਭੈੜਾ ਕਰਤਾ, ਤੂੰ ਤਾਂ ਮੇਰੀਆਂ ਸਾਰੀਆਂ ਹੱਸਾਂ 'ਤੇ ਪਾਣੀ ਫੇਰੀ ਜਾਂਦੀ, ਮੈਂ ਵੀ ਤੜਕੇ ਆਪਣੇ ਗੁਰਦੁਆਰੇ ਤੱਕ ਲਗਾਈ ਜਾਂਦੀ। ਆ ਬੇਬੇ ਵੀ ਪਤਾ ਨਹੀਂ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਜਾਂਦੇ ਆ, ਭਲਾ ਅੱਜ ਦੇ ਜ਼ਮਾਨੇ 'ਚ ਆ ਮੁੰਡੇ ਅਤੇ ਕੁੜੀ 'ਚ ਕੌਣ ਫਰਕ ਸਮਝਦਾ? ਹੇ ਵਾਹਿਗੁਰੂ, ਮੇਰੀ ਕੁੱਖ 'ਚ ਚਾਹੇ ਪੁੱਤ ਹੈ ਚਾਹੇ ਧੀ ਹੈ, ਮੈਨੂੰ ਇਹਦੇ 'ਚ ਕੋਈ ਫਰਕ ਨਹੀਂ, ਬਸ ਇਹਨੂੰ ਤੰਦਰੁਸਤ ਰੱਖੀ। ਲੈ ਦੇਖ ਲੈ, ਮੈਂ ਮੌਜਾਂ ਨਾ ਮੰਜੇ 'ਤੇ ਚੜ੍ਹ ਕੇ ਬੈਠੀ ਹਾਂ ਅਤੇ ਮੇਰੇ ਘਰ ਵਾਲਾ ਕੰਮ ਕਰੀ ਜਾਂਦਾ ਹੈ, ਇਹੋ ਜਿਹਾ ਘਰ ਵਾਲਾ ਤਾਂ ਸਭ ਨੂੰ ਦਈ ਪਰਮਾਤਮਾ। ਉਹ ਕੋਈ ਨਾ ਕੋਈ ਨਾ, ਤੇਰੇ ਹੁਣ ਆਰਾਮ ਕਰਨ ਦੇ ਦਿੰਦੇ ਹੈ, ਇਹ ਵੀ ਟਾਈਮ ਆਊ ਕਦੇ ਜਦੋਂ ਮੈਂ ਤਾਂ ਚੱਕ ਕੇ ਜਵਾਕ ਥਾਈ ਕਿਉਂ ਨਹੀਂ ਹੋਲਿਆ ਕਰੂੰਗਾ ਹੈ, ਅਤੇ ਤੂੰ ਫਿਰ ਪਿੱਛੋਂ ਕੰਮ ਕਰਨ ਤੀ ਹੈ। ਚਲੋ ਠੀਕ ਹੈ ਜੀ, ਹੋਰ ਸਹੀ ਆ, ਹੁਣ ਸਿਹਤ ਠੀਕ ਹੈ? ਹੁਣ ਠੀਕ ਹੈ। ਗੱਲ ਸੁਣ ਮੇਰੀ, ਅੱਜ ਜਦੋਂ ਮੈਂ ਬਾਈ ਨਾਲ ਖੇਤ ਗਿਆ ਸੀ ਸ਼ਿਵ ਨਾਲ, ਅੱਛਾ ਉਹਦੇ ਨਾਲ ਮੈਂ ਗੱਲ ਕਰੀ ਸੀ ਵੀ ਬਾਈ ਐਂ ਕਰਕੇ ਵੀ ਆਪਣੀ ਜੀਤੀ ਪ੍ਰੈਗਨੈਂਟ ਹੈ। ਅੱਛਾ ਤੁਸੀਂ ਸ਼ਿਵ ਵੀਰ ਨੂੰ ਦੱਸਤਾ ਸਾਰਾ ਕੁਛ? ਹੋਰ ਲੈ, ਉਹਨੇ ਥੋੜ੍ਹੀ ਜਿਹਾ ਪੋਲਾ ਰੱਖਣਾ ਸੀ ਬਾਈ ਤੋਂ। ਲੈ ਜੇ ਸ਼ਿਵ ਨੇ ਬੇਬੇ ਨੂੰ ਜਾ ਕੇ ਪਹਿਲਾਂ ਦੱਸਤਾ, ਆ ਬੇਬੇ ਕੀ ਸੋਚੂਗੀ, ਬੇਬੇ ਕਹੂਗੀ ਮੈਥੋਂ ਪਰਦਾ ਰੱਖਦੇ ਨੇ, ਮੈਂ ਦੱਸਣਾ ਸੀ ਬੇਬੇ ਨੂੰ ਜਾ ਕੇ। ਉਹ ਕੋਈ ਗੱਲ ਨਹੀਂ, ਤੂੰ ਕੱਲ੍ਹ ਦੱਸਦੀ ਬੇਬੇ ਨੂੰ, ਨਾਲੇ ਆਪਾਂ ਦੋਵੇਂ ਜਾਣੇ ਚੱਲਾਂ ਕੱਲ੍ਹ ਨੂੰ, ਡੱਬਾ ਲੈ ਚੱਲਾਂਗੇ ਲੱਡੂਆਂ ਦਾ, ਕਿਉਂ ਚਿੰਤਾ ਕਰਦੀਆਂ, ਕੋਈ ਉਹਨਾਂ ਦੇ ਦਿਲ 'ਚ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਸਮਝ ਗਈ, ਅਸੀਂ ਵੀ ਨਾ ਕਰੀ ਜਾਇਆ ਕਰ ਤੂੰ। ਸਹੀ ਗੱਲ ਹੈ ਜੀ ਤੁਹਾਡੀ, ਜਦੋਂ ਬੇਬੇ ਨੂੰ ਮੈਂ ਦੱਸਿਆ ਨਾ ਜਾ ਕੇ, ਬੇਬੇ ਤਾਂ ਬਾਹਲੀ ਖੁਸ਼ ਹੋਊਗੀ। ਓਏ ਹੋਰ, ਜਦੋਂ ਖੇਤ ਸ਼ਿਵ ਬਾਈ ਨਾਲ ਮੈਂ ਗੱਲ ਕਰੀ ਸੀ ਨਾ, ਬਾਈ ਵੀ ਬਹੁਤ ਖੁਸ਼ ਹੋਇਆ ਸੀਗਾ, ਅਤੇ ਮੈਂ ਬਾਈ ਨੂੰ ਕਿਹਾ ਮਹਾਂ ਬਾਈ ਇੱਕ ਪਰੇਸ਼ਾਨੀ ਹੈ, ਕਹਿੰਦਾ ਕੀ? ਮਹਾਂ ਯਾਰ ਜੇ ਤਾਂ ਕੁੜੀ ਹੋ ਗਈ ਉਹ ਤਾਂ ਚੱਲ ਬਾਈ ਆਪਾਂ ਵਿਆਹ ਕੇ ਤੋਰ ਦਾਂਗੇ, ਜੇ ਮੁੰਡਾ ਹੋ ਗਿਆ ਨਾ ਮੈਥੋਂ ਸੀਰੀ ਰਲਦਾ ਨਹੀਂ ਦੇਖਿਆ ਜਾਣਾ,
ਬਾਈ ਨੇ ਪਤਾ ਕੀ ਕਿਹਾ? ਕੀ ਕਿਹਾ ਫਿਰ? ਬਾਈ ਕਹਿੰਦਾ ਉਹ ਕਮਲਿਆ ਉਹ ਮੁੰਡਾ ਹੋਊਗਾ ਕਿਹਦਾ, ਬੇਸ਼ੱਕ ਤੇਰਾ। ਕਹਿੰਦਾ ਪਾਲੂ ਤਾਂ ਉਹਨੂੰ ਮਈ ਲਾਡਾਂ ਨਾਲ, ਬਾਈ ਨੂੰ ਤਾਂ ਇੰਨਾ ਚਾਓ ਹੈ ਆਪਣੇ ਬੱਚੇ ਦਾ। ਸਹੀ ਗੱਲ ਆ ਜੀ ਤੁਹਾਡੀ, ਉਹ ਤਾਂ ਦੇਖ ਲਾ ਆਪਾਂ ਨੂੰ ਆਪਣੇ ਪਰਿਵਾਰ ਵਿੱਚ ਹੀ ਮੰਨਦੇ ਨੇ। ਤਾਂ ਹੀ ਤਾਂ ਤੈਨੂੰ ਕਹਿਣਾ ਆਪਾਂ ਕੱਲ੍ਹ ਨੂੰ ਚੱਲਾਂਗੇ ਦੋ ਜਾਣੇ ਅਤੇ ਨਾਲੇ ਲੱਡੂਆਂ ਡੱਬਾ ਲੈ ਚੱਲਾਂਗੇ। ਠੀਕ ਹੈ ਜੀ। ਠੀਕ ਹੈ, ਲੈ ਐਂ ਕਰ ਬੇਬੇ ਹੋਰਾਂ ਦਾ ਤੂੰ ਹੀ ਮੂੰਹ ਮਿੱਠਾ ਕਰਾ ਦੀ, ਉਹਨਾਂ ਨੂੰ ਦੱਸ ਦੀ ਕਿ ਅਸੀਂ ਦੋਨੇ ਮੰਮੀ ਡੈਡੀ ਬਣਨ ਵਾਲੇ ਹਾਂ। ਠੀਕ ਹੈ ਜੀ, ਸਾਨੂੰ ਤਾਂ ਨਾ ਵਾਲੀ ਖੁਸ਼ੀ ਹੋਈ ਪਈ ਹੈ। ਉਹ ਖੁਸ਼ੀ ਹੋਵੇ ਕਿਉਂ ਨਾ, ਮੈਨੂੰ ਤਾਂ ਨਾ ਐਂ ਲੱਗਦਾ ਜਿਵੇਂ ਮੈਂ ਜੱਗ ਜਿੱਤ ਲਿਆ ਹੁੰਦਾ। ਚਲੋ ਠੀਕ ਹੈ, ਮੈਂ ਬੇਬੇ ਨੂੰ ਦੱਸਦੀ ਹਾਂ ਫਿਰ। ਲੈ ਦੱਸ, ਫੋਨ ਵੀ ਨਹੀਂ ਚੱਕਦੇ, ਸਵੇਰ ਦੀ 10 ਫੋਨ ਲਾ ਲਏ। ਸ਼ਿਵ ਨੂੰ ਐਂ ਨਹੀਂ ਵੀ ਮੇਰੀ ਮਾਂ ਵੀ ਫਿਕਰ ਕਰਦੀ ਹੋ। ਸਤਿ ਸ਼੍ਰੀ ਅਕਾਲ ਬੇਬੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਬੇ। ਸਤਿ ਸ਼੍ਰੀ ਅਕਾਲ। ਬਹਿ ਜਾ ਬੇਬੇ ਕੋਲ। ਲਓ ਬੇਬੇ, ਪਹਿਲਾਂ ਨਾ ਤੁਸੀਂ ਮੂੰਹ ਮਿੱਠਾ ਕਰੋ, ਸਾਡੇ ਘਰ ਵੀ ਖੁਸ਼ੀਆਂ ਆਉਣ ਵਾਲੀਆਂ ਨੇ। ਬੇਬੇ ਮੈਂ ਮਾਂ ਬਣਨ ਵਾਲੀ ਹਾਂ। ਸ਼ੁਕਰ ਹੈ ਪਰਮਾਤਮਾ ਦਾ। ਕੀ ਗੱਲ ਬੇਬੇ, ਤੁਸੀਂ ਖੁਸ਼ ਨਹੀਂ ਹੋਏ? ਪੁੱਤ ਖੁਸ਼ ਕਾਹਦੇ ਨਾਲ ਹੋਵਾਂ, ਸਵੇਰ ਦਾ ਮਨਪ੍ਰੀਤ ਨੂੰ ਪਤਾ ਨਹੀਂ ਕੀ ਹੋ ਗਿਆ, ਪਹਿਲਾਂ ਤਾਂ ਚੱਕਰ ਜਿਹੇ ਆਉਣ ਲੱਗ ਗਏ, ਫਿਰ ਦਰਦ ਉੱਠ ਖੜਿਆ। ਸ਼ਿਵ ਤਾਂ ਸਵੇਰ ਦਾ ਉਹਨੂੰ ਹਸਪਤਾਲ ਲੈ ਕੇ ਗਿਆ ਹੋਇਆ ਗਾ। ਅੱਛਾ, ਕੋਈ ਫੋਨ ਫੂਨ ਕਰਕੇ ਪੁੱਛਿਆ ਮਨਪ੍ਰੀਤ ਠੀਕ ਤਾਂ ਹੈ? ਪੁੱਤ 10 ਫੋਨ ਲਾ ਲਏ, ਫੋਨ ਵੀ ਨਹੀਂ ਚੱਕਦੇ, ਉਹੀ ਤਾਂ ਫਿਕਰ ਹੈ ਪਤਾ ਨਹੀਂ ਕਿਹੜੇ ਹਾਲ 'ਚ ਹੋਊਗੀ। ਬੇਬੇ ਕਿਹੜੇ ਹਸਪਤਾਲ 'ਚ ਗਏ ਨੇ, ਮੈਂ ਜਾ ਕੇ ਪਤਾ ਲਿਆਉਣਾ ਫਿਰ? ਪੁੱਤ ਉਹੀ ਤਾਂ ਮੈਨੂੰ ਪਤਾ ਨਹੀਂ, ਮੈਨੂੰ ਕਿਹੜਾ ਦੱਸ ਕੇ ਗਏ ਆ, ਉਹ ਤਾਂ ਬਸ ਕਾਲੀ ਕਾਲੀ 'ਚ ਲੈ ਗਿਆ ਸ਼ਹਿਰ। ਬੇਬੇ ਕਿਹੜੇ ਹਸਪਤਾਲ 'ਚ ਗਏ ਨੇ ਉਹ, ਮੈਨੂੰ ਦੱਸ ਦੇ, ਮੈਂ ਜਾ ਆਉਣਾ ਉਹਨਾਂ ਕੋਲ। ਪੁੱਤ ਉਹੀ ਤਾਂ ਮੈਨੂੰ ਦੱਸ ਕੇ ਨਹੀਂ ਗਏ, ਉਹ ਤਾਂ ਕਾਲੀ ਕਾਲੀ 'ਚ ਲੈ ਕੇ ਵਗ ਗਿਆ ਉਹਨੂੰ ਸ਼ਹਿਰ, ਕੀ ਪਤਾ ਕਿਹੜੇ ਡਾਕਟਰ ਦੇ ਗਏ ਨੇ। ਲੈ ਬੇਬੇ ਉਹ ਆ ਗਈ ਸ਼ਿਵਹਰੀ। ਚੱਲ ਸ਼ੁਕਰ ਹੈ, ਦੇਖਾਂ। ਮੈਨੂੰ ਕੀ ਕਹਿੰਦਾ ਪੁੱਤ ਡਾਕਟਰ, ਠੀਕ ਹੈ ਨਾ ਤੂੰ? ਮੰਮੀ ਕੀ ਪੁੱਤ? ਉਹ ਠੀਕ ਹੈ, ਕੁਛ ਨਹੀਂ ਹੋਇਆ। ਲੈ ਡਾਕਟਰ ਕੀ ਕਹਿੰਦਾ ਦੱਸਤਾ ਸੀ? ਡਾਕਟਰ ਕਹਿੰਦਾ ਕੀ ਦੱਸਤਾ ਦੋ ਨਾ। ਉਹ ਡਾਕਟਰ ਨੇ ਕੀ ਕਹਿਣਾ ਯਾਰ, ਡਾਕਟਰ ਕਹਿੰਦਾ ਕੀ ਕਹਿੰਦਾ ਪੁੱਤ? ਕੀ ਕਹਿੰਦਾ ਵੀਰੇ ਦੱਸੋ ਵੀ। ਜਾ ਕੇ ਕਹਿੰਦਾ ਬਾਬੇ ਨੂੰ ਕਹਦੇ ਵੀ ਉਹ ਚਾਚਾ ਬਣਨਾ। ਉਸ ਚਾਚਾ ਬਣਨ ਵਾਲਾ ਤੂੰ ਬਾਈ, ਖੁਸ਼ੀ ਦੀ ਗੱਲ ਹੈ। ਵਧਾਈਆਂ ਹੁਣ ਬਾਈ ਤੁਹਾਨੂੰ ਯਾਰ। ਵਾਲੀਆਂ ਵਾਲੀਆਂ ਵਧਾਈਆਂ ਵੀਰੇ, ਸਾਨੂੰ ਵੀ ਵਧਾਈਆਂ। ਤੁਹਾਨੂੰ ਵੀ ਵਧਾਈਆਂ। ਸ਼ੁਕਰ ਹੈ ਮਾਲਕ ਨੇ ਸੁਣ ਲਈ ਮੇਰੀ। ਬੇਬੇ ਦਾ ਫਿਕਰ ਕਰੀ ਜਾਂਦੀ ਸੀ ਸਾਡਾ। ਦੇਖ ਲੈ ਬੇਬੇ, ਆ ਦੋ ਦੋ ਘਰਾਂ 'ਚ ਖੁਸ਼ੀਆਂ ਆ ਗਈਆਂ। ਹਾਂ ਤਾਂ ਬਾਲੀ ਖੁਸ਼ੀ ਦੀ ਗੱਲ ਹੈ। ਸਹੀ ਗੱਲ ਹੈ। ਹਾਂ ਜੀ ਘਰਾਂ 'ਚ ਖੁਸ਼ੀਆਂ। ਹਾਂ ਵੀਰੇ ਦੱਸਤਾ ਬੇਬੇ ਨੂੰ? ਦੱਸਤਾ ਬਾਈ। ਉਹ ਲਿਆ ਫਿਰ ਰਸੋਈ 'ਚ ਲੱਡੂ ਚੱਕ ਕੇ ਫਟਾਫਟ ਜਾ। ਡੱਬਾ ਮੈਂ ਲੈ ਕੇ ਆਈ ਹਾਂ ਲੱਡੂਆਂ ਦਾ। ਬਹੁਤ ਸ਼ੁਕਰ ਹੈ, ਸ਼ੁਕਰ ਹੈ। ਵਧਾਈਆਂ ਦੀਦੀ ਤੁਹਾਨੂੰ ਵੀ, ਪਰਮਾਤਮਾ ਤੁਹਾਨੂੰ ਵੀ ਵਧਾਵੇ। ਚੱਲ ਆ ਜਾਤੀ ਆ ਜਾ ਕਿੱਥੇ? ਲੈ ਮਾ ਪਹਿਲਾਂ ਲੱਡੂ ਖਾ। ਉਹ ਟੈਨਸ਼ਨ 'ਚ ਬੈਠੀ ਸੀ ਬੇਬੇ ਨਾਲ। ਉਹ ਲੈ ਉਹ ਬਾਈ ਲੈ ਲੈ, ਸਭ ਤੋਂ ਪਹਿਲਾਂ ਮੈਂ ਭਾਬੀ ਦਾ। ਲੈ ਭੈਣੇ ਤੂੰ ਦਾ ਕਰ ਮਿੱਠਾ ਮੂੰਹ। ਆ ਲੈ ਪੁੱਤ ਤੂੰ ਵੀ ਕਰ ਮਿੱਠਾ ਮੂੰਹ। ਲੈ ਵੇ ਛੋਟੇ ਮੇਰੇ ਬੰਦੇ ਨਾਲ ਪਹਿਲਾਂ ਤੁਸੀਂ ਕਰੋ। ਲੋ ਵੀ ਭੈਣ ਵੱਲੋਂ ਵੀ ਫਿਰ ਮੂੰਹ ਮਿੱਠਾ ਕਰਵਾਓ। ਉਹ ਤੜਕੇ ਚਾਹ ਨਾ ਖਾਵਾਂਗੇ। ਲੈ ਜਾ ਅੰਦਰ। ਵਾਹਿਗੁਰੂ ਖੁਸ਼ੀਆਂ ਵੀ ਦਿੱਤੀਆਂ ਨੇ ਤੇ ਇੰਨੀ ਸੋਚ ਵਿਚਾਰ ਦੇ ਨਾਲ। ਹਜੇ ਤਾਂ ਇਹਨਾਂ ਨੂੰ ਇਹ ਨਹੀਂ ਪਤਾ ਨਾ ਵੀ ਡਾਕਟਰ ਨੇ ਹੋਰ ਕੀ ਕਿਹਾ। ਜੇ ਕਿਤੇ ਮੈਂ ਮਨਪ੍ਰੀਤ ਨੂੰ ਇਹ ਦੱਸਤਾ ਵੀ ਉਹਦੇ ਕੋਲ ਸਿਰਫ ਇੱਕੋ ਹੀ ਚਾਂਸ ਹੈ, ਮੁੜ ਕੇ ਉਹ ਕਦੇ ਮਾਂ ਨਹੀਂ ਬਣ ਸਕਦੀ, ਨਾਲੇ ਤਾਂ ਮਾਂ ਵਾਲੀਆਂ ਗੱਲਾਂ ਵਿੱਚ ਹੀ ਰਹਿ ਜਾਣਗੀਆਂ ਵੀ ਮੁੰਡਾ ਹੋਵੇ ਜਾਂ ਕੁੜੀ। ਨਾਲੇ ਜਿਹੜਾ ਮਨਪ੍ਰੀਤ ਦਾ ਹੌਸਲਾ ਟੁੱਟੂ ਉਹ ਅੱਡਾ। ਸੁੱਖ ਰੱਖੀ ਮਾਲਕਾ, ਸੁੱਖ ਰੱਖੀ। ਘੁੱਟ ਭਰ ਲਾ ਨਾ ਇਹਦੀ ਹੁਣ। ਇਹ ਤਾਂ ਮੈਂ ਪੀ ਲੈਂਦੀ ਹਾਂ। ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਡਾਕਟਰ ਤੁਹਾਨੂੰ ਕੱਲਿਆਂ ਨੂੰ ਅੰਦਰ ਲੈ ਕੇ ਗਏ ਸੀ ਤਾਂ ਕੀ ਕਹਿੰਦੇ ਸੀ? ਲੈ ਡਾਕਟਰ ਨੇ ਕੀ ਕਹਿਣਾ, ਡਾਕਟਰ ਨੇ ਤਾਂ ਬਸ ਇੰਨਾ ਕੀ ਕਿਹਾ ਸੀਗਾ, ਕਹਿੰਦਾ ਇੱਕ ਤਾਂ ਜੇ ਉਹ ਦੁੱਧ ਨਾ ਪੀਵੇ ਜਾਂ ਰੋਟੀ ਟਾਈਮ 'ਤੇ ਨਾ ਖਾਵੇ ਉਹਦੇ ਚਪੇੜੇ ਲੱਗਣੇ ਚਾਹੀਦੇ ਨੇ। ਅੱਗੇ ਝੂਠ ਨਾ ਬੋਲੋ ਤੁਸੀਂ, ਜਿਹੜਾ ਕੁਛ ਉਹਨਾਂ ਨੇ ਕਿਹਾ ਸੀ ਨਾ ਉਹ ਦੱਸੋ ਮੈਨੂੰ। ਓਏ ਇਹੀ ਕਿਹਾ ਸੀ ਮੈਨੂੰ, ਮੈਂ ਝੂਠ ਥੋੜ੍ਹੀ ਬੋਲੂੰ ਤੈਨੂੰ? ਲੈ ਮੈਂ ਦੱਸ ਗਈ ਤੇਰੇ ਵਰਗਾ। ਫਿਰ ਉਹ ਮੇਰੇ ਸਾਹਮਣੇ ਵੀ ਕਹਿ ਸਕਦੇ ਸੀ। ਫਿਰ ਕੀ ਹੁੰਦਾ ਜੇ ਪਰਦੇ ਲਿਜਾ ਕੇ ਕਹਿ ਤਾ, ਹੁਣ ਤੇਰੇ ਸਾਹਮਣੇ ਥੋੜ੍ਹੀ ਕਹਿੰਦਾ ਉਹ ਵੀ ਜਿਹਨੇ ਟਾਈਮ 'ਚ ਨਾ ਖਾਧਾ ਇਹਨੂੰ ਕੁੱਟੀ। ਦੋਸਤ ਆ ਮੇਰਾ ਉਹ, ਉਹਨੇ ਉਹੋ ਜਿਹੇ ਤਰੀਕੇ ਨਾਲ ਸਮਝਾ ਤਾ ਮੈਨੂੰ। ਠੀਕ
मनना तो पेगा जी नाले उन्हें नहीं कहा मैं भी कही आना तेन ठीक है हूँ कला तो आपका ख्याल नहीं रखना ठीक है हूँ मेहमान का भी ख्याल रखना मेहमान की तो मैं टेंशन हुई पी की गल होगी हूँ फिर दर्द होता नहीं मम्मी ने पता कल मैं की गल कही सी की कहा सी वो जीती भी उदो पोचा लाई आती सी कोले मम्मी कहते ना आखिर रब बस हूँ तो मेरे घरे छेती पोते की दात बख्शी आखिर पोती तो मैनू चाहिए नहीं ओ लै मनु ये किडिया गल् ने यार बुढ़िया की तात होंगी है हूँ तू उन्हें थोड़ी टेंशन लेंगी मैं जब तेरे खड़ा यार कुछ नहीं होंगे हूँ जो भी मम्मी बोलेंगे ना ठीक है मैं आपदे आप ही हैंडल कर लूँगा ठीक है ना थोड़े होंगे तो मैं कदी टेंशन आ पर फिर भी तुम एक बार मम्मी ना ये गल जरूर कर लियो ओए कोई नहीं मैं आप ही कर लूँगा ना हम मैं ये दस ये गल तो मम्मी ना कर लूँगा आह दुध वाली गल कि करा पीना कि नहीं देख लै पुत जे कि अज तेरा प्यो ज्यादा होंदा उन्हूं तां इन्ना चा चढ़ना सी खुशी च फुल्लिया नहीं सी सोना उह तां मैनूं कहिंदा हुंदा सी मैं तां आपदे पोते नूं मोढ़िआं ते चक के खेत लै जाया करूं माता इक गल दस हाँ पोते नूं ही कदों पोती नूं क्यों नहीं लै फिर तेरियां उही कामड़ियां गल्लां मेरी गल सुण आ पोती दा नां ना लिया कर मेरे कोले चंगा ना ना लिया कर वो माँ मेरी है तू निकल आई चीज़ा चो कुछ नहीं रखे इस पुत मेरी गल सुन अपने पिंडर नाले बाला एक करनी वाला बाबा आया मैं तो कहनी तू ओ जाके आ पक्का पुत की दात ही पौ तेरी झोली च करनी वाला बाबा ब्याया होया तू तो पुठियां गल्लां करन लग गया ब्याह भी होया हुंदा जिहड़े पुत बख्शदे फिरदे ने ओ बेबे मेरी गल सुन क्यों पुठियां गल्लां तां तू करदी है हुण भला मैनूं इह दस ਮੈਨੂੰ ਪੜ੍ਹਾਇਆ ਵੀ ਤੈਂ ਹੈ ਨਾ ਹਾਂ ਫਿਰ ਆਹੀ ਚੀਜ਼ਾਂ 'ਚ ਫਸਾਉਣਾ ਸੀਗਾ ਉਹ ਕੀ ਮੁੰਡਾ ਕੀ ਕੁੜੀ ਯਾਰ ਕੀ ਗੱਲਾਂ ਕਰੀ ਜਾਂਦੀ ਹੁੰਦੀਆਂ ਸਾਰਾ ਦਿਨ ਨਾਲੇ ਮੈਨੂੰ ਇਹ ਦੱਸ ਕੱਲ੍ਹ ਕੀ ਕਹਿੰਦੀ ਸੀ ਤੂੰ ਮਨਪ੍ਰੀਤ ਨੂੰ ਲੈ ਮੈਂ ਉਹਨੂੰ ਕੀ ਕਹਿਣਾ ਸੀਗਾ ਮੈਨੂੰ ਉਹਨੇ ਸਾਰਾ ਦੱਸਿਆ ਉਹ ਤੇਰੀ ਇਸ ਗੱਲ ਦੀ ਟੈਨਸ਼ਨ ਨਹੀਂ ਫਿਰਦੀ ਆ ਠੀਕ ਆ ਦੇਖ ਮੁੰਡਾ ਹੋਵੇ ਜਾਂ ਕੁੜੀ ਸਾਨੂੰ ਕੋਈ ਫਰਕ ਨਹੀਂ ਹੈਗਾ ਅਤੇ ਤੈਨੂੰ ਵੀ ਕੋਈ ਫਰਕ ਨਹੀਂ ਹੋਣਾ ਚਾਹੀਦਾ ਫਿਰ ਕੱਲ ਨੂੰ ਕਹਿੰਗੇ ਲੋਕਾਂ ਦੇ ਜਵਾਕਾਂ ਵਾਂਗੂ ਬੋਲ ਮੈਂ ਹੁਣ ਆਪਦੇ ਸਾਰੇ ਚਾਲ ਆਡ ਲੈ ਕੇ ਆਈ ਮਰ ਜਾ ਹੈ ਤੇਰੇ ਪਿਓ ਨੇ ਤਾਂ ਨਹੀਂ ਪੋਤੇ ਦਾ ਮੂੰਹ ਦੇਖਿਆ ਹੁਣ ਤੂੰ ਮੈਨੂੰ ਵੀ ਨਾ ਦਿਖਾਈ ਬੋਲਦਾ ਦੇਖ ਕਿਵੇਂ ਹੈਗਾ ਰੱਬ ਦਾ ਵਾਸਤਾ ਜਿਹੜਾ ਵੀ ਜੀ ਆਉਣਾ ਨਾ ਮੇਰੇ ਘਰੇ ਉਹਨੂੰ ਤੰਦਰੁਸਤੀ ਤੇ ਸਹੀ ਸਲਾਮਤ ਆ ਜਾਣ ਦੋ ਚਾਹੇ ਕੁੜੀ ਹੈ ਚਾਹੇ ਮੁੰਡਾ ਮੈਂ ਤੁਹਾਨੂੰ ਪਹਿਲਾਂ ਵੀ ਕਹਿਤਾ ਵੀ ਮੈਂ ਕੋਈ ਫਰਕ ਨਹੀਂ ਕਰਨਾ ਆ ਲੋ ਚਾਹ ਬਸ ਮੈਨੂੰ ਤਾਂ ਲੋੜ ਨਹੀਂ ਤੇਰੀ ਚਾਹ ਦੀ ਆਹੀ ਤਾਂ ਤੁਹਾਡੀਆਂ ਗੱਲਾਂ ਮਾੜੀਆਂ ਨੇਗੀਆਂ ਉਹ ਮਾਤਾ ਤੂੰ ਮੈਨੂੰ ਲਿਖ ਕੇ ਦੇ ਮੈਂ ਚੱਲਦਾ ਬਾਬੇ ਲਵੇ ਵੀ ਦੁਆ ਚ ਮੁੰਡੇ ਹੀ ਹੂੰ मेरी गल सुन पुत अपने गवाड़ च चार जने दे पोते होए ने गे हां होर दस तैनू की लिख के दे दिया कचीरा करो आने वाले जी ते ना कचीरा करो पता नहीं तू पहला केहो जा टाइम आना केहो जा नहीं नहीं मैं कचीरा नहीं करदी मैं तो समाए कहनी भी जेड़ा भी अपने ते टाइम आवे खुशियां दा आवे ओ फिर खुशियां दी करदे हो ए बचोलियां लवे कानू जानी है खुशियां रब तो मांग ओ हैगी ता माता तू मां है मेरी पर ना ए कोई अकल वाली गल नहीं हैगी तेरी आ मेरी गल सुन ला ਅਲਾਬੋ ਦੇ ਪੋਤੀ ਹੋ ਗਈ ਰੋਂਦੀ ਤੁਰੀ ਫਿਰਦੀ ਹੈ ਮੈਂ ਤੈਨੂੰ ਕਹਿੰਦਾ ਵੀ ਮੈਨੂੰ ਕੁੜੀ ਕੜੀ ਨਹੀਂ ਚਾਹੀਦੀ ਮੁੰਡਾ ਹੀ ਚਾਹੀਦਾ ਭਾਈ ਆਹੋ ਲੱਭ ਨੂੰ ਉਹ ਨਹੀਂ ਦਿੰਦਾ ਨਾ ਵੀ ਲੱਭ ਦੇ ਆਪਦੇ 6 ਕੁੜੀਆਂ ਸੀ ਮੈਨੂੰ ਨਹੀਂ ਪਤਾ ਪਹਿਲਾਂ ਲੱਭ ਉਰੀਆਂ ਵੀ ਪੁੱਛ ਲਈ ਉਹ ਵੀ 8 ਭੈਣਾਂ ਦੀ ਉਹ ਕਾਹਨੂੰ ਯਾਰ ਦਿਮਾਗ ਖਪਾਈ ਦੀ ਗੱਲ ਨਹੀਂ ਉਹੀ ਹੋਰ ਹੀ ਕੱਚੀਆਂ ਜੀਆਂ ਗੱਲਾਂ ਲੈ ਕੇ ਬਹਿਜੂ ਤੜਕੀ ਇਹਨਾਂ ਨੇ ਤਾਂ ਨਾ ਗੱਲ ਹੁਣ ਤੱਕ ਸੁਣੀ ਆ ਤੇ ਨਾ ਸੁਣਨੀ ਆ ਯਾਰ ਤੂੰ ਇੱਕ ਚੀਜ਼ ਸੋਚ ਕੇ ਦੇਖ ਮੈਨੂੰ ਕਿੰਨੇ ਲੋਕ ਨੇ ਜਿਹੜੇ ਜਵਾਕਾਂ ਨੂੰ ਹੁਣ ਵੀ ਤਰਸਦੇ ਫਿਰਦੇ ਨੇ ਤੇ ਆਪਣੇ ਘਰੇ ਤਾਂ ਚੱਲ ਦਾਤ ਆਉਣ ਵਾਲੀ ਆ ਤੂੰ ਉਹਦੇ ਬਾਰੇ ਸੋਚਣ ਇਹ ਤੇਰੇ ਹੱਥ 'ਚ ਜਾਂ ਮੇਰੇ ਹੱਥ 'ਚ ਥੋੜੀ ਫੜਿਆ ਹੋਇਆ ਯਾਰ ਉਹੀ ਤਾਂ ਗੱਲ ਆ ਹੁਣ ਆਪਣੇ ਕੋਲੇ ਕਿਹੜਾ ਕਿਸੇ ਚੀਜ਼ ਦੀ ਘਾਟ ਜੇ ਕੁੜੀ ਵੀ ਜਨਮ ਲੈ ਲੂ ਤਾਂ ਵੀ ਆਪਾਂ ਨੂੰ ਕੋਈ ਡਰ ਨਹੀਂਗਾ ਵੀ ਉਹਨੂੰ ਪਾਲਣ ਦਾ ਔਖਾ ਹੋਊਗਾ ਜਾਂ ਉਹਨੂੰ ਪੜਾਉਣ ਦਾ ਔਖਾ ਹੋਊ ਓਏ ਚਾਹੇ ਮੰਨ ਲੈ ਆਪਾਂ ਗਰੀਬ ਵੀ ਹੁੰਦੇ ਪਰ ਫਿਰ ਵੀ ਲੋਕ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਮੈਂ ਮੰਨਦਾ ਉਹ ਲੋਕ ਸਿਆਣੇ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਵੀ ਕੁੜੀਆਂ ਆਪਦੀ ਕਿਸਮਤ ਆਪ ਲਿਖਿਆ ਕੇ ਲਿਆਉਂਦੀਆਂ ਨੇ ਮੰਮੀ ਨੂੰ ਕੌਣ ਸਮਝਾਵੇ ਫਿਰ ਚੱਲ ਕੋਈ ਨਹੀਂ ਵਕਤ ਦੇ ਨਾਲ ਆਪ ਹੀ ਸਮਝ ਜੋ ਮੈਂ ਤੁਹਾਨੂੰ ਰਾਤ ਵੀ ਕਿਹਾ ਸੀ ਨਾ ਵੀ ਮੈਨੂੰ ਇਸੇ ਗੱਲ ਦੀ ਟੈਨਸ਼ਨ ਆ ਭਾਬੀ ਮੈਂ ਉੱਪਰ ਝਾੜੂ ਲਾ ਦਾਂ ਦੀਦੀ ਤੁਹਾਡੇ ਥੱਲੇ ਸਾਰੇ ਕੰਮ ਨਿਬੜ ਗਏ ਹਾਂ ਬਾਕੀ ਤਾਂ ਸਾਰੇ ਕੰਮ ਹੋ ਗਏ ਬੈਠ ਜਾਓ ਤੁਸੀਂ ਆਰਾਮ ਕਰੋ ਤੁਸੀਂ ਠੀਕ ਹੋ ਹੁਣ ਮੈਂ ਤਾਂ ਠੀਕ ਹਾਂ ਰੋਜ਼ ਰੋਜ਼ ਉੱਪਰ ਝਾੜੂ ਲਾਉਣ ਨੂੰ ਕੀ ਹੋਇਆ ਹਰ ਤੀਜੇ ਦਿਨ ਤੇ ਤੁਸੀਂ ਲਾ ਕੇ ਜਾਂਦੇ ਹੋ
ਨਾਲੇ ਹੁਣ ਤੁਸੀਂ ਆਪਦਾ ਧਿਆਨ ਰੱਖਿਆ ਕਰੋ। ਮੈਂ ਵੀ ਤਾਂ ਤੁਹਾਡੇ ਵਾਲੀ ਹਾਲਤ 'ਚ ਹੀ ਹਾਂ, ਮੈਂ ਦੇਖ ਲਓ ਕਿਵੇਂ ਰੈਸਟ 'ਤੇ ਰਹਿੰਦੀ ਹਾਂ ਅਤੇ ਤੁਸੀਂ ਸਾਰਾ ਦਿਨ ਕੰਮ ਕਰਦੇ ਹੋ। ਨਹੀਂ ਉਹ ਤਾਂ ਠੀਕ ਹੈ ਭਾਬੀ ਤੁਹਾਡੀ ਗੱਲ, ਚਲੋ ਫਿਰ ਵੀ ਮਾੜਾ ਮੋਟਾ ਸਾਫ਼ ਸਫਾਈ ਤਾਂ ਦੇਖਣੀ ਪੈਂਦੀ ਹੈ ਨਾ ਘਰ ਦੀ, ਬੇਬੇ ਤੋਂ ਕਿਹੜਾ ਹੁੰਦੀ ਹੈ। ਕੋਈ ਨਹੀਂ ਦੀਦੀ, ਆਪੇ ਹੁੰਦਾ ਰਹੂਗਾ ਕੰਮ ਤਾਂ। ਦੀਦੀ ਦੀਦੀ ਟੈਨਸ਼ਨ ਤਾਂ ਮੈਨੂੰ ਇੱਕੋ ਗੱਲ ਦੀ ਆ। ਤਾਂ ਭਾਬੀ ਤੁਹਾਨੂੰ ਕਿਹੜੀ ਗੱਲ ਦੀ ਟੈਨਸ਼ਨ ਹੋ ਗਈ? ਮੰਮੀ ਦੀ। ਮੰਮੀ ਨੇ ਆਪਦੇ ਪੱਲੇ ਨਾਲ ਸਿਰਫ ਇਹੀ ਗੱਲ ਬੰਨ ਕੇ ਰੱਖੀ ਵੀ ਆ ਵੀ ਮੇਰੇ ਘਰੇ ਸਿਰਫ ਪੋਤੇ ਦਾ ਹੀ ਜਨਮ ਹੋਣਾ ਚਾਹੀਦਾ, ਪੋਤੀ ਦਾ ਮੂੰਹ ਨਹੀਂ ਦਿਸਣਾ ਚਾਹੀਦਾ ਮੈਨੂੰ, ਪੋਤੀ ਨਹੀਂ ਹੋਣੀ ਚਾਹੀਦੀ ਮੇਰੇ ਘਰੇ। ਮੈਨੂੰ ਤਾਂ ਇਸ ਗੱਲ ਦੀ ਫਿਕਰ ਆ ਵੀ ਜੇ ਮੇਰੇ ਪੇਟ 'ਚ ਹੋਵੇ ਕੁੜੀ ਤਾਂ ਕੀ ਬਣੂਗਾ ਉਹਦਾ। ਚੱਲ ਕੋਈ ਨਾ ਭਾਬੀ, ਆ ਬੇਬੇ ਦਾ ਤਾਂ ਨਾ ਸੁਭਾਅ ਹੀ ਆ ਬੋਲਣ ਦਾ, ਤੁਸੀਂ ਫਿਰ ਸ਼ਿਵ ਵੀਰੇ ਨਾਲ ਗੱਲ ਕਰ ਲਓ। ਦੀਦੀ ਸ਼ਿਵ ਤਾਂ ਮੇਰੇ ਨਾਲ ਹੀ ਆ, ਇਹਨਾਂ ਨਾਲ ਤਾਂ ਮੈਂ ਪਹਿਲਾਂ ਹੀ ਸਾਰੀ ਗੱਲ ਖੋਲ ਲਈ ਆ, ਮੰਮੀ ਦੀਆਂ ਸਾਰੀਆਂ ਗੱਲਾਂ ਦੱਸਤੀਆਂ ਸੀ। ਆਹ ਦੇਖ ਲੈ, ਅਸੀਂ ਦੋ ਜੀ ਹਾਂ ਘਰ 'ਚ, ਹੈ ਭਲੇ ਹੀ ਅਸੀਂ ਲੋਕਾਂ ਦੇ ਘਰੇ ਕੰਮ ਕਰਕੇ ਖਾਂਦੇ ਹਾਂ, ਪਰ ਸਾਡੇ ਮਨ 'ਚ ਨਾ ਇਹ ਕਦੇ ਵੀ ਖਿਆਲ ਨਹੀਂ ਆਇਆ ਕਿ ਸਾਡੇ ਮੁੰਡਾ ਹੋਵੇ ਜਾਂ ਕੁੜੀ। ਦੇਖ ਲੈ ਤੇਰੇ ਵੀਰੇ ਨੂੰ ਕਿੰਨੀ ਖੁਸ਼ੀ ਹੈ, ਹੈ। ਹਾਂ ਦੀਦੀ, ਮੈਂ ਤਾਂ ਆਪ ਤੁਹਾਨੂੰ ਦੋਵਾਂ ਜੀਆਂ ਨੂੰ ਵੇਖ ਕੇ ਨਾ ਬਹੁਤ ਖੁਸ਼ ਹੁੰਦੀ ਹਾਂ ਵੀ ਤੁਸੀਂ ਕਦੇ ਇਹ ਟੈਨਸ਼ਨ ਲਈ ਨਹੀਂ ਹੈਗੀ ਜਵਾਕ ਵਾਲੀ, ਤਾਂ ਤੁਹਾਨੂੰ ਤਾਂ ਆਈ ਖੁਸ਼ੀ ਹੈ ਵੀ ਬਸ ਸਾਡੇ ਘਰੇ ਜਵਾਕ ਦਾ ਜਨਮ ਹੋ ਜੇ ਸਹੀ ਸਲਾਮ। ਹਾਂ ਭਾਬੀ, ਸਾਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੈ, ਨਾਲੇ ਇਹ ਤਾਂ ਫਿਰ ਪਰਮਾਤਮਾ ਵੱਲੋਂ ਦਿੱਤੀ ਹੋਈ ਦਾਤ ਹੈ। ਹਾਂ ਦੀਦੀ ਇਹੀ ਤਾਂ ਗੱਲ ਆ, ਪਰ ਮੰਮੀ ਦੇ ਦਿਮਾਗ 'ਚ ਇਹ ਗੱਲ ਕੌਣ ਬਿਠਾਵੇ, ਕੌਣ ਸਮਝਾਵੇ ਉਹਨਾਂ ਨੂੰ, ਸ਼ੀਲੇ ਵੀ ਬਥੇਰਾ ਮੱਥਾ ਮਾਰਿਆ ਮੈਂ ਵੀ। ਚਲੋ ਕੋਈ ਨਾ ਭਾਬੀ, ਤੁਸੀਂ ਨਾ ਟੈਨਸ਼ਨ ਨਾ ਲਿਆ ਕਰੋ, ਸਭ ਕੁਝ ਠੀਕ ਹੋ ਜਾਊਗਾ। ਚਲ ਫਿਰ ਠੀਕ ਹੈ ਭਾਬੀ, ਮੈਂ ਨਾ ਉੱਪਰ ਝਾੜੂ ਲਾ ਹੀ ਆਉਣੀ ਹੈ, ਥੋੜ੍ਹਾ ਸਾਫ਼ ਹੋ ਜਾਊਗਾ। ਚਲ ਜਿਵੇਂ ਤੁਹਾਡੀ ਮਰਜ਼ੀ। ਠੀਕ ਹੈ। ਜਿਉਂ ਜਿਉਂ ਦਿਨ ਨੇੜੇ ਆਈ ਜਾਂਦੇ ਆ ਮੈਨੂੰ ਤਾਂ ਫਿਕਰ ਵੱਡ ਵੱਡ ਖਾਈ ਜਾਂਦੀ ਆ ਵੀ ਕੀ ਬਣੂਗਾ। ਹੌਲੀ ਤੁਰਲਾ, ਨਹੀਂ ਕਿਵੇਂ ਭੱਜੀ ਜਾਂਦੀ ਹੈ। ਡਾਕਟਰ ਨੇ ਐਂ ਤਾਂ ਕੀ ਕਹਿਤਾ ਵੀ ਠੀਕ ਹਾਂ, ਹੈ ਨਾ, ਬਸ ਆਜ਼ਾਦੀ ਹੋ ਮਿਲ ਗਈ। ਹਾਂ ਫਿਰ ਮੈਂ ਉਹੀ ਬਿਮਾਰ ਅੰਗੂਲੇਟ ਜਾਣ। ਨਾਲੇ ਮੇਰੀ ਗੱਲ ਸੁਣ ਲਾ, ਉਹਨੇ ਖੂਨ ਘੱਟ ਕਿਹਾ ਨਾ, ਆਪਦਾ ਚੱਜ ਦਾ ਫਲ ਫਰੂਟ ਖਾ ਲਾ, ਉਹ ਫਰਿੱਜ ਭਰਿਆ ਪਿਆ, ਖਾ ਤਾਂ ਸਕਦੀ ਵੀ ਹੈ। ਕੋਈ ਚੀਰ ਕੇ ਨੂਨ ਲਾ ਕੇ ਦੇਵੇ ਤਾਂ ਹੀ ਖਾਵਾਂ। ਚੱਲ ਆ ਦੇਖ ਕੇ ਥੱਲੇ ਇਹਨੂੰ, ਆਏ ਕਿਉਂ ਤੋਰੀ ਹੋਣਾ, ਤੂੰ ਗੱਡੀ ਵਾਲੇ ਨੂੰ ਕਹਿੰਦਾ ਗੱਡੀ ਅੰਦਰ ਲਿਆਉਂਦਾ। ਉਹ ਮਾਤਾ, ਇਹ ਮੈਡਮ ਤਾਂ ਗੱਡੀ ਨੂੰ ਵੀ ਨਹੀਂ ਮੰਨਦੀ ਸੀ, ਮੈਨੂੰ ਕਹਿੰਦੀ ਮੈਨੂੰ ਤਾਂ ਮੋਟਰਸਾਈਕਲ 'ਤੇ ਲੈ ਜਾ। ਚੱਲ ਆ ਜਾ ਮੰਜਾ ਡਾਹਾਂ। ਚੱਲ ਦੇਖ ਲੈ ਮਾਂ ਕਿੰਨਾ ਸੋਚਦੀ ਹੈ, ਅਤੇ ਤੂੰ ਤੂੰ ਜਮਾ ਨਹੀਂ ਕੇਅਰ ਕਰਦੀ ਆਪਦੀ। ਮੇਰੀ ਕੇਅਰ ਕਰਨ ਲਈ ਤੁਸੀਂ ਤਾਂ ਮੰਮੀ ਹੈਗੇ ਤਾਂ ਹੋ। ਮੈਂ ਹੈਗੇ ਹਾਂ। ਉਹ ਪੁੱਤ ਮੇਰੀ ਗੱਲ ਸੁਣ, ਇਹੋ ਜਿਹੇ ਹਾਲ 'ਚ ਤਾਂ ਬੱਚਤ ਰੱਖਣੀ ਜ਼ਰੂਰੀ ਹੁੰਦੀ ਹੈ। ਉਹ ਕੌਣ ਸਮਝਾਵੇ ਮੰਮੀ ਨੂੰ, ਜਿੰਨਾ ਮਰਜ਼ੀ ਇਹ ਤਾਂ ਮੱਝ ਮੂਰੇ ਬੀਨ ਵਜਾਉਣ ਵਾਲਾ ਕੰਮ ਹੈ। ਆਹੋ ਆਪੇ ਹੀ ਮੱਝ ਮੂਰੇ ਬੀਨ ਵਜਾਉਣ ਵਾਲਾ ਕੰਮ ਆ। ਮੰਮੀ ਮੇਰੀ ਗੱਲ ਸੁਣੋ, ਉਹ ਵੀ ਤਾਂ ਜ਼ਮਾਨੇ ਹੁੰਦੇ ਸੀ ਜਦੋਂ ਲੋਕਾਂ ਨੂੰ ਪੂਰਾ ਪੂਰਾ ਮਹੀਨਾ ਲੱਗਦਾ ਸੀ, ਆ ਜਿਹੜੀਆਂ ਝੁੱਗਾਂ ਵਾਲਿਆਂ ਹੁਣ ਨੂੰਹਾਂ ਧੀਆਂ ਉਹ ਵਿਚਾਰੀਆਂ ਆਈ ਕੰਮ ਕਰਦੀਆਂ ਹੁੰਦੀਆਂ। ਪੁੱਤ ਮੇਰੀ ਗੱਲ ਸੁਣ, ਪਹਿਲਾਂ ਵਾਲੇ ਜ਼ਮਾਨੇ ਵਾਲਿਆਂ 'ਚ ਜਾਨ ਸੀ, ਹੁਣ ਵਾਲੀਆਂ 'ਚ ਕਿੱਥੇ ਜਾਣ ਹੈ, ਨਾ ਇਹੋ ਜਿਹੇ ਖਾਣ ਪੀਣ ਰਹੇ। ਕੋਈ ਨਹੀਂ ਮਾਤਾ ਕੋਈ ਨਹੀਂ, ਮਰ ਜਾ ਕੋਈ ਆਉਣ ਦੇ ਚੰਗਾ ਟਾਈਮ, ਇਦੂ ਬਾਅਦ 'ਚ ਨਾ ਮੈਂ ਕੰਮ ਵਾਲੀ ਉਹ ਹਟਾ ਦੂੰ, ਫਿਰ ਪੁੱਛਿਆ ਕਰੂੰ ਮੈਡਮ ਤੋਂ ਕੰਮ ਕਿੰਨੇ ਕੁ ਹੁੰਦੇ ਨੇ। ਹਟਾ ਦਿਓ ਤੁਸੀਂ ਕੰਮ ਵਾਲੀ ਹਟਾ ਦਿਓ, ਅੱਜ ਤੱਕ ਮੈਂ ਕੰਮ ਤੋਂ ਭੱਜੀ ਹਾਂ ਕਦੇ? ਉਹ ਕੋਈ ਨਹੀਂ, ਹਲੇ ਕਰਵਾਏ ਕਿਹੜੇ ਨੇ ਤੇਰੇ ਤੋਂ ਕੰਮ, ਤੂੰ ਦੇਖਦੀ ਜਾ, ਜਾਣ ਜਾਣ ਕੇ ਕੂੜਾ ਖੜਾਇਆ ਕਰੂੰਗਾ, ਆਹ ਦੇਖ ਲੈ ਧਿਆਨ ਹੀ ਭੜਕਾ ਦਿੰਦੀ ਹੈ ਮੇਰਾ। ਤੂੰ ਨਾ ਜ਼ਿਆਦੇ ਹੈ ਨਾ ਲੇਡੀ ਗਾਗਾ ਬਣ, ਮੰਨ ਲੈ ਮੇਰੀ ਗੱਲ, ਆਰਾਮ ਕਰ ਲੈ ਅੰਦਰ ਜਾ। ਜਬ ਆ ਗਿਆ ਪੁੱਤ, ਅੰਦਰ ਆਰਾਮ ਕਰ ਲੈ ਜਾ। ਜਾ ਚੱਲ ਛੱਡ ਕੇ ਮੈਂ ਤੈਨੂੰ। ਕੋਈ ਨਹੀਂ ਮੈਂ ਜਾ ਵੜੂੰਗੀ ਆਪੇ। ਜਾ ਹੌਲੀ। ਤੂੰ ਆਏ ਜੇ ਮੂੰਹ ਕਾਤੋਂ ਕੀਤਾ ਹੈ? ਉਹ ਨਹੀਂ ਨਹੀਂ ਮਾਂ, ਉਹੀ ਲੱਗਦਾ ਤੈਨੂੰ। ਕੀ ਕਹਿੰਦਾ ਫਿਰ ਡਾਕਟਰ? ਮਾਤਾ ਡਾਕਟਰ ਨੇ ਕੀ ਕਹਿਣਾ, ਸਭ ਕੁਝ ਠੀਕ ਠਾਕ ਵਧੀਆ। ਨਾਲੇ ਜਿਹੜਾ ਤੈਨੂੰ ਕੰਮ ਮੈਂ ਕਿਹਾ ਸੀ ਉਹ ਕੀਤਾ ਫਿਰ? ਉਹ ਮਾਤਾ ਮੈਂ ਨਹੀਂ ਕਰਿਆ। ਲੈ ਮੈਂ ਤੈਨੂੰ ਕਿਹਾ ਸੀ ਭਾਵੇਂ ਆਪਣਾ 20,000 ਵੱਧ ਲੱਗ ਜੇ। ਉਹ ਮਾਤਾ ਹੁਣ ਜੇ ਪੈਸੇ ਵੱਧ ਲਾ ਸਕਦੇ ਤਾਂ ਮਤਲਬ ਇਹ ਥੋੜ੍ਹੀ ਹੈ ਯਾਰ, ਨਾਲੇ ਇਹ ਹੁਣ ਇੰਡੀਆ 'ਚ ਕਿੱਥੇ ਹੈ, ਸਜ਼ਾ ਹੁੰਦੀ ਹੈ ਜੇ ਕੁੜੀ ਹੋ ਗਈ ਫਿਰ। ਫਿਰ ਤੂੰ ਵੀ ਕਿਸ ਦੀ ਕੁੜੀ ਆ, ਮੈਨੂੰ ਵੀ ਕਿਸ ਦੀ ਕੁੜੀ ਆ, ਕੁੜੀ ਹੋ ਗਈ ਫਿਰ ਕੀ, ਅੱਗ ਲੱਗੀ ਆ ਸਾਰੇ ਘਰ ਨੂੰ, ਵਿਆਹ ਦਾਂਗੇ। ਤੇਰੀਆਂ ਤਾਂ ਉਹੀ ਗੱਲਾਂ, ਇੱਥੇ ਮੈਂ ਹੀ ਹਾਂ ਜਿਹੜੀ ਕੱਲੀ ਫਿਕਰ ਕਰੀ ਜਾਂਦੀ ਹੈ। ਨਾ ਮੈਨੂੰ ਇਹ ਦੱਸ ਕੁੜੀ ਕਿਉਂ ਨਾ ਹੋਵੇ। ਆ ਡਾਕਟਰ ਦਾ ਫੋਨ ਹੈ, ਇਹਦੇ ਨਾਲ ਤਾਂ ਚੱਲ ਬਾਤ 'ਚ ਹੀ ਕਰਦਾ, ਦੁਬਾਰੇ ਲਾ ਲੂ। ਤੂੰ ਪਹਿਲਾਂ ਮੈਨੂੰ ਇਹ ਦੱਸ ਵੀ ਜੇ ਕੁੜੀ ਹੋ ਗਈ ਨੁਕਸਾਨ ਕੀ ਹੈ? ਪੁੱਤ ਮੇਰੀ ਗੱਲ ਸੁਣ ਲਾ, ਮੈਂ ਤੈਨੂੰ ਪਹਿਲਾਂ ਵੀ ਕਿੰਨੀ ਵਾਰੀ ਕਿਹਾ ਮੈਨੂੰ ਸਿਰਫ ਪੋਤਾ ਚਾਹੀਦਾ। ਕਿਉਂ? ਲੈ ਓਕੇ ਕਿਉਂ, ਮੈਂ ਨਹੀਂ ਪੱਥਰ ਚੱਲ ਸਕਦੀ ਭਾਈ। ਤੈਨੂੰ ਵੀ ਚੱਲਿਆ ਹੋ ਕਿਸੇ ਨੇ? ਮੈਂ ਤੇਰੇ ਨਾਲ ਬਾਹਲੀਆਂ ਗੱਲਾਂ ਨਹੀਂ ਸੁਣਨੀਆਂ, ਮੈਨੂੰ ਤਾਂ ਬਸ ਪਹਿਲਾਂ ਪੋਤਾ ਹੀ ਚਾਹੀਦਾ। ਮਾਤਾ ਮੈਨੂੰ ਧੀ ਦੇ ਪੁੱਤ 'ਚ ਕੋਈ ਫਰਕ ਨਹੀਂ, ਠੀਕ ਹੈ ਨਾ ਹੀ ਮਨੂ ਨੂੰ ਆ।
तू प्लीज ना साडा दिमाग ना खराब कर, बार बार एको ही गल्लां ना साडे दिमाग च पाई जा। दिमाग तो थोड़ा खराब होया वे ही है जिहड़ी तुहानू गल समझ नहीं आउंदी मेरी। डॉक्टर दा फेर आ गया फोन, चल मैं एक मिनट गल कर लूं। हाँ जी डॉक्टर साहब, की जरूरी गल? ਕਿੰਨੇ ਵਜੇ ਡਾਕਟਰ ਇਹਨੂੰ ਫੋਨ ਕਾਹਤੋਂ ਕਰੀ ਜਾਂਦਾ? ਫੋਨ ਪਰ ਹੀ ਲੈ ਕੇ ਵਗ ਗਿਆ, ਦੇਖਾਂ ਤਾਂ ਸਹੀ ਕਹਿੰਦਾ ਕੀ ਹੈ। ਹਾਂਜੀ ਹਾਂਜੀ, ਨਹੀਂ ਨਹੀਂ ਖੜਾ ਤਾਂ ਮੈਂ ਕੱਲ ਹੀ ਹਾਂ ਜੀ। ਨਹੀਂ ਨਹੀਂ ਜ਼ਰੂਰੀ ਤਾਂ ਕੁਛ ਨਹੀਂ ਸੀਗਾ, ਉਹ ਤਾਂ ਮੈਂ ਤੁਹਾਨੂੰ ਐਵੇਂ ਹੀ ਕਹਿਤਾ ਸੀਗਾ ਕਿਉਂਕਿ ਤੁਹਾਨੂੰ ਪਤਾ ਹੈ ਵੀ ਘਰੇ ਬੁੜੀਆਂ ਦਾ ਹੈ ਨਾ, ਮੈਂ ਤਾਂ ਕੋਈ ਰਿਵਾਜ਼ ਨਹੀਂ ਉਹ ਕਹਿਤਾ ਸੀ ਤੁਹਾਨੂੰ। ਕੁੜੀ ਹੈ ਜੀ? ਨਹੀਂ ਤੁਸੀਂ ਬਸ ਮੈਨੂੰ ਇੰਨਾ ਦੱਸ ਦਿਓ ਵੀ ਬੱਚਾ ਤਾਂ ਠੀਕ ਹੈ ਨਾ ਜੀ, ਮੈਂ ਮਨੂ ਨੂੰ ਜਾਂ ਬੇਬੇ ਨੂੰ ਕੁਛ ਨਹੀਂ ਦੱਸਿਆ। ਨਹੀਂ ਨਹੀਂ ਹੋਰ ਆਪਾਂ ਕੁਛ ਨਹੀਂ, ਜੇ ਕੁੜੀ ਵੀ ਹੈ ਮੈਨੂੰ ਤਾਂ ਉਹ ਵੀ ਬਸ ਰੱਬ ਦੀ ਦਾਤ ਹੈ, ਮੈਨੂੰ ਕੋਈ ਫਰਕ ਨਹੀਂ ਪੈਂਦਾ ਜੀ। ਬੜਪਨ ਹੈ ਜੀ ਤੁਹਾਡਾ, ਮਾਪਿਆਂ ਵਾਸਤੇ ਤਾਂ ਦੋਨੋਂ ਬੱਚੇ ਇੱਕੋ ਜਿਹੇ ਹੁੰਦੇ ਨੇ, ਇਹ ਤਾਂ ਬਸ ਸਮਾਜ ਦੇ ਡਰ ਤੋਂ ਪਤਾ ਨਹੀਂ ਕਿਹੋ ਜਿਹੇ ਗੰਦੇ ਸਟੈਪ ਚੱਕ ਲੈਂਦੇ ਨੇ। ਠੀਕ ਹੈ ਬਾਈ, ਠੀਕ ਹੈ ਜੀ, ਓਕੇ, ਸਤਿ ਸ਼੍ਰੀ ਅਕਾਲ। ਹਾਂ ਬਾਈ ਸੱਚ, ਜੇ ਕਿਤੇ ਮਾਤਾ ਦਾ ਜਾਂ ਮਨੂ ਦਾ ਫੋਨ ਆਇਆ ਨਾ, ਤੁਸੀਂ ਦੱਸਿਓ ਨਾ ਜਾਗਾ ਕੁਛ ਵੀ। ਹਾਂ ਹਾਂ ਹਾਂ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਹਾਏ ਰੱਬਾ, ਮੈਥੋਂ ਐਡਾ ਵੱਡਾ ਉੱਲਾ ਰੱਖਿਆ ਇਹਨਾਂ ਨੇ, ਤਾਂ ਹੀ ਮੈਂ ਵੀ ਸਮਝਾਂ ਕਿ ਵਾਰ ਵਾਰ ਮੈਥੋਂ ਪਰੁੰਕ ਜਾਂਦਾ। ਮੈਨੂੰ ਤਾਂ ਇਹਦਾ ਪਹਿਲਾਂ ਹੀ ਪਤਾ ਸੀ ਭੈੜੇ ਬੁੱਥੇ ਵਾਲੀ ਦਾ, ਇਹਨੇ ਕਿੱਥੇ ਮੈਨੂੰ ਪੋਤੇ ਦਾ ਮੂੰਹ ਦਿਖਾਉਣਾ, ਇਹ ਤਾਂ ਹੁਣ ਪੱਥਰ ਹੀ ਜੰਮੂ। ਮੈਂ ਸ਼ਰੀਕੇ ਕਬੀਲੇ 'ਚ ਕੀ ਮੂੰਹ ਦਿਖਾਉਂ? ਨਹੀਂ, ਮੈਂ ਇਹ ਹੋਣ ਨਹੀਂ ਦੇਣਾ। ਮੈਂ ਵੀ ਹੁਣ ਆਪਦੀ ਆਈ ਤੇ ਜੇ ਆ ਗਈ ਨਾ, ਸਾਰੀ ਪਲੈਨਿੰਗ ਮੈਨੂੰ ਹੀ ਕਰਨੀ ਪੈਣੀ ਹੈ। ਰੁਕ 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 ਰੁਕ, ਆ ਕੀ ਕਰੀ ਜਾਣੀ ਆ ਤੂੰ? ਮੈਂ ਤੈਨੂੰ ਕੱਲ ਵੀ ਕਿਹਾ ਸੀਗਾ, ਉਹ ਅਖੀਰਲੇ ਦਿਨ ਚੱਲਦੇ ਨੇ, ਤੂੰ ਘੱਟੋ ਘੱਟ ਆਪਦੀ ਸਿਹਤ ਦਾ ਖਿਆਲ ਰੱਖ। ਹੈਂ, ਫਿਰ ਕੀ ਹੋ ਗਿਆ ਜੀ? ਮੈਨੂੰ ਪਤਾ ਹੈ ਮੇਰਾ ਬੱਚਾ ਵੀ ਤੁਹਾਡੇ ਵਾਂਗੂ ਤਾਕਤਵਰ ਹੀ ਬਣੂਗਾ। ਕੋਈ ਤਾਕਤਵਰ ਤਾਂ ਬਣੂ ਕਮਲੀਏ, ਜੇ ਤੂੰ ਹੁਣ ਤੋਂ ਇਹਦਾ ਖਿਆਲ ਰੱਖੇਗੀ, ਆਪਦੀ ਸਿਹਤ ਦਾ ਖਿਆਲ ਰੱਖੇਗੀ, ਫੇਰ ਹੀ ਆ। ਆਹ ਦੇਖ ਕਿੰਨੇ ਭਾਰੀ ਭਾਰੀ ਤੂੰ ਸਮਾਨ ਚੱਕੀ ਜਾਂਦੀ ਆ, ਕੰਮ ਕਰੀ ਜਾਂਦੀ ਆ, ਇਹ ਤੇ ਵੀ ਸਿਹਤ ਤੇ ਅਸਰ ਪਊਗਾ ਤੇ ਤੇਰੀ ਤੇ ਪਊਗਾ। ਤੁਸੀਂ ਉਹੀ ਨਾ ਮਾੜੀ ਮਾੜੀ ਗੱਲ ਤੇ ਚਿੰਤਾ ਕਰੋ, ਮੈਨੂੰ ਪਤਾ ਜੇ ਮੈਂ ਕੰਮ ਕਰੂੰਗੀ ਨਾ ਤਾਂ ਹੀ ਸਹੀ ਰਹੂਗਾ ਅੱਗੇ ਜਾ ਕੇ। ਉਹ ਨਹੀਂ, ਜਿਹੜੇ ਆਹ ਦਿਨ ਚੱਲਦੇ ਨਾ, ਇਹਨਾਂ 'ਚ ਸਿਰਫ ਤੈਨੂੰ ਆਰਾਮ ਦੀ ਜ਼ਰੂਰਤ ਹੈ, ਕੰਮ ਕਰਨ ਨੂੰ ਬਾਅਦ 'ਚ ਕੰਮ ਹੀ ਕਰੀ ਜਾਂਦੇ, ਹੋਰ ਤਾਂ ਹੀ ਕਰਨਾ। ਦੱਸ ਜਿਹੜੇ ਆਹ 4-5 ਦਿਨ ਨੇ ਨਾ, ਰੈਸਟ ਕਰ, ਠੀਕ ਹੈ? ਚਲ ਠੀਕ ਹੈ ਜੀ, ਮੈਂ ਤੁਸੀਂ ਕਹਿਣੇ ਹੋ ਫਿਰ। ਉਹ ਕਮਲੀ ਤੇਰੀ ਫਿਕਰ ਕਰਦਾ ਮੈਂ, ਹੈਂ? ਮੈਨੂੰ ਪਤਾ ਰੱਬ ਵਰਗਾ ਮੇਰੇ ਘਰ ਵਾਲਾ ਹੈ। ਚਲ ਕੋਈ ਨਾ, ਹੁਣ ਜਾ ਆਰਾਮ ਕਰ ਲੈ, ਜਿਹੜੇ ਕੰਮ ਰਹਿੰਦੇ ਨੇ ਮੈਂ ਕਰ ਲੈਣਾ। ਚਲੋ ਠੀਕ ਹੈ। ਠੀਕ ਹੈ ਕਮਲੀ ਜੀ। ਲੈ ਅੱਜ ਤਾਂ ਇਹਦਾ ਕੰਮ ਹੋਇਆ ਹੀ, ਲੈ ਹੁਣ ਨਹੀਂ ਬਚਦੀ ਕਿ ਮੈਨੂੰ ਮੁੰਡੇ ਕੁੜੀ 'ਚ ਕੋਈ ਫਰਕ ਨਹੀਂ, ਪਰ ਮੈਨੂੰ ਤਾਂ ਹੈਗਾ ਨਾ। ਬਸ ਹੁਣ ਜਦੋਂ ਹੀ ਨਹਾਉਣ ਨਿਕਲੀ ਤਾਂ ਇਹਦਾ ਕੰਮ ਖਲਾਸ, ਪਰ ਟਾਈਮ ਤੋਂ ਪਹਿਲਾਂ ਸ਼ਿਵ ਨਾ ਕਿਤੇ ਆ ਜਾਏ। ਮਨਪ੍ਰੀਤ ਤੂੰ ਅੰਦਰ ਹੀ ਸੀ? ਹਾਂਜੀ ਮੰਮੀ, ਮੈਂ ਤਾਂ ਜਦੋਂ ਦੀ ਦਵਾਈ ਲੈ ਕੇ ਆਈ ਹਾਂ, ਰੈਸਟ ਕਰੀ ਜਾਂਦੀ ਸੀ ਅੰਦਰ, ਪਰ ਤੁਹਾਨੂੰ ਕੀ ਹੋ ਗਿਆ? ਨਾ ਨਾ ਕੁਛ ਨਹੀਂ ਪੁੱਤ, ਨਹਾਉਣ ਚੱਲੀ ਹੈ। ਹਾਂਜੀ ਮੈਂ ਸੋਚਿਆ ਨਹਾ ਲਾਂ ਹੁਣ। ਚੱਲ ਵਧੀਆ, ਗਰਮੀ ਜੀ ਹੈ। ਅੱਛਾ ਮੰਮੀ ਸ਼ਿਵ ਕਿੱਧਰ ਗਏ? ਸ਼ਿਵ ਅੰਦਰ ਹੈ ਨੀ? ਨਹੀਂ ਮੰਮੀ। ਫਿਰ ਉਹ ਕਿਤੇ ਬਾਹਰ ਚਲਾ ਗਿਆ ਹੋਣਾ, ਆ ਜਾਂਦਾ ਹੈ। ਜੰਨਾ ਆਇਆ ਪੁੱਤ। ਠੀਕ ਹੈ ਮੰਮੀ। ਲੈ ਹੁਣ ਤਾਂ ਅੰਦਰੋਂ ਠੀਕ ਆਈ। ਲੈ ਮਾਂ।
ਕੀ ਹੋ ਗਿਆ ਸਰ ਠੀਕ ਹੈ ਤੂੰ ਇੱਕ ਮਿੰਟ ਮੈਂ ਹੁਣੇ ਫੋਨ ਕਰਦਾ ਪਿਆ ਹਾਏ ਮਾਂ ਬਹੁਤ ਦਰਦ ਹੋ ਜਾਂਦਾ ਇੱਕ ਮਿੰਟ ਮਿੰਟ ਹੈਲੋ ਹਾਂ ਭਾਈ ਬਿੰਦਰ ਉਹ ਬਾਈ ਛੇਤੀ ਗੱਡੀ ਲੈ ਕੇ ਆ ਯਾਰ ਤੇਰੀ ਭਰੇ ਦਾ ਬਹੁਤ ਜ਼ਿਆਦਾ ਦਰਦ ਹੋ ਰਿਹਾ ਬਾਈ ਜਲਦੀ ਆ ਜਲਦੀ ਹਾਂ ਹਾਂ ਆਉਂਦਾ ਆਉਂਦਾ ਬਸ ਬਸ ਆਉਂਦਾ ਆਉਂਦਾ ਬੀਕੀ ਜਾਂਦੀ ਹੋਣੀ ਹੁਣ ਕਹੂਗੀ ਆ ਲੈ ਮੈਨੂੰ ਲੱਗਦਾ ਉਸੇ ਦੀ ਫੋਨ ਕਹੂਗੀ ਜੀ ਪੈਰ ਦੁਖਦੇ ਨੇ ਮੇਰੇ ਤਾਂ ਪੈਰ ਘੁੱਟ ਦੋ ਕੱਟ ਵੀ ਦਿੱਤਾ ਮੈਨੂੰ ਠੀਕ ਹੈ ਤੂੰ ਕੁਛ ਨੀ ਹੁੰਦਾ ਤੈਨੂੰ ਬਾਈ ਕਿੰਨਾ ਕੁ ਟਾਈਮ ਲੱਗੂਗਾ ਬਾਈ ਇੱਕ ਮਿੰਟ ਬਾਅਦ ਪਹੁੰਚਣਾ ਨੇ ਬਾਈ ਮਰ ਜਾ ਹਿੰਮਤ ਨਾਲ ਚੱਲ ਯਾਰ ਦਰਦ ਬਹੁਤ ਹੋਈ ਜਾਂਦਾ ਮੈਨੂੰ ਹੌਸਲਾ ਰੱਖ ਯਾਰ ਕੁਛ ਨੀ ਹੁੰਦਾ ਬਸ ਪਹੁੰਚ ਗਏ ਆਪਾਂ ਪਹੁੰਚ ਕੇ ਬਸ ਐਂਟਰ ਹੋ ਗਿਆ ਹਸਪਤਾਲ 'ਚ ਸ਼ਿਵ ਬਾਈ ਬੇਬੇ ਅੱਜ ਤਾਂ ਬਹੁਤ ਵਧੀਆ ਦਿਨ ਹੈ ਅੱਜ ਤਾਂ ਖੁਸ਼ੀ ਦਾ ਦਿਨ ਹੈ ਅੱਜ ਮੈਂ ਡੈਡੀ ਬਣ ਗਿਆ ਆਹ ਲੈ ਤੁਹਾਡੇ ਵਾਸਤੇ ਲੱਡੂ ਲੈ ਕੇ ਆਇਆ ਲੋ ਮੂੰਹ ਮਿੱਠਾ ਕਰੋ ਬੇਪਰੇ ਮਾਰ ਸਾਡੇ ਇੱਥੇ 70 ਬਿਸ਼ਨ ਵਾਲਾ ਹੋਇਆ ਪਿਆ ਕਰ ਲਾ ਮੂੰਹ ਮਿੱਠਾ ਕੀ ਹੋ ਗਿਆ ਬੇਬੇ ਵੀ ਮਨਪ੍ਰੀਤ ਦਾ ਡਿੱਗ ਪਈ ਅੱਜ ਉਹਨੂੰ ਤਾਂ ਹਸਪਤਾਲ ਲੈ ਕੇ ਗਿਆ ਹੋਇਆ ਸ਼ਿਵ ਪਤਾ ਨੀ ਕੀ ਹਾਲ ਹੋਊਗਾ ਬੇਬੇ ਮੈਨੂੰ ਤਾਂ ਜਮਾ ਨੀ ਪਤਾ ਸੀਗਾ ਵੀ ਤੂੰ ਐਡੇ ਵੱਡੇ ਗਮ ਦੇ ਵਿੱਚ ਆ ਮੈਂ ਤਾਂ ਆਪਣੀਆਂ ਖੁਸ਼ੀਆਂ ਲੈ ਕੇ ਆਇਆ ਸੀਗਾ ਮੈਨੂੰ ਕੀ ਪਤਾ ਆਪਣੇ ਘਰੇ ਆ ਕੁਛ ਹੋ ਰਿਹਾ ਹੋਏ ਕਰ ਬੇਬੇ ਤੂੰ ਟੈਨਸ਼ਨ ਨਾ ਲੈ ਮੈਂ ਹੁਣੇ ਹਸਪੀਟਲ ਜਾ ਕੇ ਆਉਣਾ ਜਾਇਆ ਅਸੀਂ ਤਾਂ ਬਿਫਤਾਂ ਨੂੰ ਫੜੇ ਪਏ ਹਾਂ ਲੋਕਾਂ ਦੇ ਘਰੇ ਖੁਸ਼ੀਆਂ ਨੇ ਇੱਥੇ ਸਿਆਪਾ ਪਿਆ ਪਿਆ ਗਾ ਹੌਸਲਾ ਰੱਖ ਬਾਈ ਹੈਂ ਆਪਾਂ ਬਹਿ ਕੇ ਗੱਲ ਕਰਦੇ ਨਾਲੇ ਖੁੱਲ ਕੇ ਦੱਸ ਮੈਨੂੰ ਗੱਲ ਕੀ ਹੈ ਬਾਈ ਕੀ ਦੱਸਾਂ ਯਾਰ ਚਲੋ ਉੱਥੇ ਬੈਠ ਯਾਰ ਬਹਿ ਕੇ ਕਰਦੇ ਆ ਜਾ ਬਾਈ ਦੱਸ ਬਾਈ ਕੀ ਗੱਲ ਹੋਈ ਹੈ ਬਾਬੇ ਬਾਈ ਯਾਰ ਮੈਂ ਤਾਂ ਪੱਟਿਆ ਗਿਆ ਯਾਰ ਬਾਈ ਬੱਚਾ ਤਾਂ ਜਿਹੜਾ ਅਬੋਰਟ ਹੋਣਾ ਸੀ ਹੋ ਗਿਆ ਯਾਰ ਪਰ ਜਿਹੜਾ ਮਾਲਕ ਨੇ ਤੂੰ ਬਾਅਦ 'ਚ ਕਹਿਰ ਤੋਲਿਆ ਸਾਡੇ 'ਤੇ ਉਹਦਾ ਕੋਈ ਹੱਲ ਨਹੀਂ ਬਾਈ ਕਹਿਰ ਤੋਲਿਆ ਬਾਈ ਕੀ ਹੋ ਗਿਆ ਗੱਲ ਤਾਂ ਦੱਸ ਮੈਨੂੰ ਬਾਈ ਡਾਕਟਰ ਕਹਿੰਦਾ ਹਾਂ ਜਿਵੇਂ ਉਹਨੇ ਮੈਨੂੰ ਪਹਿਲਾਂ ਦੱਸ ਹੀ ਦਿੱਤਾ ਸੀ ਯਾਰ ਬਹੁਤ ਟਾਈਮ ਪਹਿਲਾਂ ਪਤਾ ਲੱਗ ਗਿਆ ਸੀ ਮੈਨੂੰ ਇੱਕ ਚਾਂਸ ਸੀ ਬਾਈ ਸਾਡੇ ਕੋਲ ਜਵਾਕ ਜੰਮਣ ਦਾ ਮੈਨੂੰ ਦੁਬਾਰੇ ਬਾਈ ਮਾਂ ਨਹੀਂ ਬਣ ਸਕਦੀ ਰੱਬ ਨੇ ਉਹ ਚਾਂਸ ਵੀ ਸਾਡੇ ਹੱਥੋਂ ਖੋ ਲਿਆ ਬਾਈ ਯਾਰ ਬਾਈ ਤੁਸੀਂ ਪਹਿਲਾਂ ਕੌਣ ਦੱਸੀ ਇਹੋ ਜਿਹੀ ਗੱਲ ਮੈਨੂੰ ਉਹ ਬਾਈ ਹੱਲ ਹੀ ਨਹੀਂ ਸੀ ਕੋਈ ਕਿੱਥੋਂ ਨਹੀਂ ਮੈਂ ਦਵਾਈ ਖਵਾਈ ਯਾਰ ਮੈਂ ਉਹਨੂੰ ਝੂਠ ਬੋਲ ਬੋਲ ਕੇ ਗੋਲੀਆਂ ਖਵਾਉਂਦਾ ਰਿਹਾ ਯਾਰ ਮੈਂ ਇਹ ਸੋਚ ਕੇ ਵੀ ਖਬਰੇ ਪ੍ਰੋਬਲਮ ਸਹੀ ਹੋ ਜੇ ਪਰ ਨਹੀਂ ਬਾਈ ਯਾਰ ਐਡਾ ਕਹਿਰ ਬਾਈ ਬਾਈ ਮੇਨ ਗੱਲ ਤਾਂ ਇਹ ਹੈ ਵੀ ਮੈਂ ਸਾਰਾ ਕੁਛ ਮਨੂ ਨੂੰ ਨਹੀਂ ਦੱਸ ਸਕਦਾ ਯਾਰ ਮਨੂ ਹਲੇ ਵੀ ਬੇਹੋਸ਼ ਹੈ ਬਾਈ ਮੈਂ ਤਾਂ ਇਹ ਚਾਹੁੰਦਾ ਯਾਰ ਵੀ ਜਦੋਂ ਮਨੂ ਦੀ ਅੱਖ ਖੁੱਲੇ ਉਹਦੀ ਬੁੱਕਲ 'ਚ ਇੱਕ ਬੱਚਾ ਜ਼ਰੂਰ ਹੋਵੇ ਯਾਰ ਉਹ ਐਂ ਲੱਗੇ ਵੀ ਮੇਰਾ ਬੱਚਾ ਜਿਉਂਦਾ ਇਹ ਕਿਵੇਂ ਹੋ ਸਕਦਾ ਬਾਈ ਪਹਿਲਾਂ ਤਾਂ ਮੈਨੂੰ ਐਂ ਲੱਗਦਾ ਸੀ ਵੀ ਇਹ ਜਮ੍ਹਾਂ ਨਹੀਂ ਹੋ ਸਕਦਾ ਪਰ ਬਾਈ ਹੁਣ ਮੈਨੂੰ ਲੱਗਦਾ ਵੀ ਹੁਣ ਹੋ ਸਕਦਾ ਕੀ ਮਤਲਬ ਬਾਈ ਬਾਈ ਮਤਲਬ ਯਾਰ ਤੂੰ ਮੇਰਾ ਸਾਥ ਦੇ ਯਾਰ ਮੈਨੂੰ ਤੇਰੇ ਸਾਥ ਦੀ ਲੋੜ ਆ ਹਾਂ ਹਾਂ ਬਾਈ ਮੈਂ ਤੇਰੇ ਨਾਲ ਖੜਾ ਪਰ ਦੱਸ ਤਾਂ ਸੀ ਮੈਂ ਤੇਰੀ ਹੈਲਪ ਕੀ ਕਰ ਸਕਦਾ ਬਾਈ ਕਿੱਥੇ ਮਦਦ ਕਰ ਸਕਦਾ ਮੈਂ ਤੇਰੀ ਬਾਈ ਦੇਖ ਯਾਰ ਊਂ ਤਾਂ ਇੱਕ ਗੱਲੋਂ ਮੈਂ ਤੇਰੀ ਜਾਨ ਹੀ ਮੰਗ ਰਿਹਾ ਪਰ ਇਹ ਜਾਨ ਨਾਲੋਂ ਵੀ ਵੱਧ ਕੇ ਬਾਈ ਮੈਨੂੰ ਤੇਰੇ ਜਿਗਰ ਦਾ ਟੁੱਟਾ ਦੇ ਦੇ ਬਾਈ ਯਾਰ ਮੈਨੂੰ ਤੇਰਾ ਬੱਚਾ ਦੇ ਦੇ ਬਾਈ ਕੀ ਕਹੀ ਹੈ ਨਾ ਤੂੰ ਉਹ ਬਾਈ ਮੇਰੀ ਗੱਲ ਸੁਣ ਬਾਈ ਤੇਰੀ ਥਾਂ 'ਤੇ ਮੈਂ ਹੁੰਦਾ ਮੈਂ ਵੀ ਐਂ ਕਰਦਾ ਯਾਰ ਮੈਨੂੰ ਵੀ ਬੁਰਾ ਲੱਗਦਾ ਪਰ ਬਾਈ ਤੂੰ ਆਪ ਦੇਖ ਯਾਰ ਇੱਕ ਬਾਪ ਤੇਰੇ ਮੂਹਰੇ ਯਾਰ ਝੋਲੀ ਅੜਦਾ ਬਾਈ ਬਾਈ ਦੋ ਗੱਲ ਉੱਜੜ ਨੂੰ ਵਿਚਾਰੇਗਾ ਬਾਈ ਤੂੰ ਦੇਖ ਮੇਰੀ ਗੱਲ ਤਾਂ ਸੁਣ ਬਾਈ ਪਰ ਬਾਈ ਮੇਰੀ ਗੱਲ ਤਾਂ ਸੁਣ ਸਾਨੂੰ ਤਾਂ ਆਪ ਮਸਾਂ ਪਰਮਾਤਮਾ ਨੇ ਜਵਾਕ ਬਖਸ਼ਿਆ ਹੈ ਕਿਵੇਂ ਦੇ ਦਾਂ ਬਾਈ ਯਾਰ ਜਵਾਕ ਮੈਂ ਪਰਮਾਤਮਾ ਦੁਬਾਰੇ ਮਿਹਰ ਕਰੂਗਾ ਤੁਸੀਂ ਤਾਂ ਦੁਬਾਰੇ ਵੀ ਲਾਦ ਪੈਦਾ ਕਰ ਸਕਦੇ ਹੋ ਪਰ ਇੱਕ ਗੱਲ ਸੁਣ ਯਾਰ ਮੇਰੇ ਕੋਲ ਇਹੀ ਚਾਂਸ ਸੀਗਾ ਬਾਈ ਉਹੀ ਚਾਂਸ ਮੈਂ ਆਪਦੇ ਹੱਥੋਂ ਗਵਾ ਚੁੱਕਿਆ ਪਰ ਬਾਈ ਮੈਨੂੰ ਇੱਕ ਗੱਲ ਤਾਂ ਦੱਸ ਨਾ
ਮੈਂ ਜੀਤੀ ਤੋਂ ਕਿਹੜੇ ਮੂੰਹ ਨਾਲ ਜਵਾਕ ਮੰਗੂੰਗਾ ਯਾਰ। ਉਹ ਬਾਈ ਤੂੰ ਕੁਛ ਵੀ ਕਰ ਸਕਦਾ ਯਾਰ, ਤੂੰ ਇੱਕ ਵਾਰ ਟਰਾਈ ਤਾਂ ਕਰਕੇ ਦੇਖ ਯਾਰ। ਹਾਂ ਬਾਈ ਮੈਂ ਇੱਕ ਵਾਰ ਟਰਾਈ ਤਾਂ ਕਰ ਸਕਦਾ। ਬਸ ਤੂੰ ਮੇਰੀ ਇੰਨੀ ਕੁ ਮਦਦ ਕਰਦੇ ਯਾਰ, ਮੇਰੀ ਗੱਲ ਸੁਣ, ਜੇ ਤੂੰ ਜਵਾਕ ਨਹੀਂ ਦਿੰਦਾ ਬਾਈ ਤਾਂ ਮੈਨੂੰ ਰੋ ਰੋ ਮਰ ਜੂ ਯਾਰ। ਇੰਨਾ ਛੇਤੀ ਮੈਂ ਹੋਰ ਕਿਤੋਂ ਅਡੋਪਟ ਵੀ ਨਹੀਂ ਕਰ ਸਕਦਾ ਯਾਰ। ਮੈਂ ਸਾਰੇ ਕਿਤੇ ਫੋਨ ਕਰਕੇ ਦੇਖ ਲਏ ਯਾਰ, ਕਿਤੇ ਨਵਜੰਮਿਆ ਬੱਚਾ ਨਹੀਂ ਹੈਗਾ ਯਾਰ, ਕਿਤੇ 2 ਸਾਲ ਦਾ, ਕਿਤੇ 4 ਸਾਲ ਦਾ ਮਿਲਦਾ। ਬਾਈ ਪਰਮਾਤਮਾ ਨੇ ਆਹੀ ਵਿਧਾਨ ਰਚਿਆ ਹੋਇਆ ਸੀਗਾ, ਤਾਂ ਹੀ ਤਾਂ ਇੱਧਰੋਂ ਮੈਨੂੰ ਡਿੱਗੀ ਅਤੇ ਉੱਧਰ ਡਿਲੀਵਰੀ ਹੋਈ। ਬਾਈ ਇੱਕ ਵਾਰ ਕੋਸ਼ਿਸ਼ ਤਾਂ ਕਰ ਲੈ ਮੇਰੇ ਵੀਰ। ਬਾਈ ਤੇਰਾ ਮੈਂ ਦੁੱਖ ਸਮਝਦਾ, ਦੇਖ ਮੈਂ ਤੇਰੇ ਕਿਸੇ ਤੋਂ ਕੋਸ਼ਿਸ਼ ਤਾਂ ਕਰ ਸਕਦਾ, ਪਰ ਮੈਂ ਤੇਰੇ ਨਾਲ ਵਾਅਦਾ ਨਹੀਂ ਕਰਦਾ ਵੀ ਤੈਨੂੰ ਮੈਂ ਬੱਚਾ ਲੈ ਕੇ ਆਊਂਗਾ, ਪਰ ਮੈਨੂੰ ਲੱਗਦਾ ਨਹੀਂ ਵੀ ਜਿੱਤੀ ਇਹ ਗੱਲ ਮੰਨ ਜੂਗੀ। ਬਾਈ ਮੈਨੂੰ ਤੇਰੀ ਉਡੀਕ ਰਹੂਗੀ, ਉਡੀਕ ਰਹੋ ਬਾਈ ਮੈਨੂੰ ਤੇਰੀ। ਸਰ ਠੀਕ ਆ ਬਾਈ ਮੈਂ ਕਰਦਾ ਕੁਛ। ਮੇਰਾ ਟਿੱਡਾ, ਮੇਰਾ ਸੋਹਣਾ, ਮੇਰਾ ਗੁਗਲੂ ਜਾ, ਪਾਪਾ ਕੋਲ ਜਾਏਗਾ, ਜਾਏਗਾ ਪਾਪਾ ਕੋਲ। ਕੀ ਗੱਲ ਜੀ, ਤੁਸੀਂ ਕਿਉਂ ਪਰੇਸ਼ਾਨ ਲੱਗ ਰਹੇ ਹੋ, ਕੀ ਗੱਲ ਹੋ ਗਈ, ਕੋਈ ਪੈਸੇ ਟਕੇ ਦੀ ਚਿੰਤਾ ਹੈ? ਨਾ ਨਾ ਪੈਸੇ ਟਕੇ ਦੀ ਤਾਂ ਕੋਈ ਚਿੰਤਾ ਨਹੀਂ। ਤੇ ਫਿਰ ਹੋਰ ਕੀ ਗੱਲ ਹੈ? ਕੋਈ ਗੱਲ ਨਹੀਂ, ਗੱਲ ਕੀ ਹੋਣੀ ਆ? ਨਹੀਂ ਨਹੀਂ ਮੈਨੂੰ ਪਤਾ ਹੈ ਤੁਸੀਂ ਮੇਰੇ ਤੋਂ ਕੁਛ ਲੁਕੋ ਰਹੇ ਹੋ। ਤੈਨੂੰ ਪਤਾ ਮੈਂ ਹਸਪਤਾਲ 'ਚੋਂ ਆਇਆ ਸ਼ਿਵਬਾਈ ਕੋਲੋਂ। ਅੱਛਾ ਤੇ ਫਿਰ ਕਿਵੇਂ ਆ ਭਾਬੀ? ਭਾਬੀ ਭਾਬੀ ਤਾਂ ਜਮਾਂ ਠੀਕ ਨੇ, ਪਰ ਕੀ? ਪਰ ਉਹਨਾਂ ਦਾ ਬੱਚਾ ਨਹੀਂ ਰਿਹਾ। ਇਹ ਤੂੰ ਕੀ ਬੋਲ ਰਿਹਾ, ਦਿਮਾਗ ਟਿਕਾਣੇ ਹੈਗਾ ਤੇਰਾ? ਮੇਰਾ ਦਿਮਾਗ ਤਾਂ ਟਿਕਾਣੀ ਹੈ, ਤੇ ਇਸ ਤੋਂ ਵੀ ਮਾੜਾ ਤਾਂ ਇਹ ਆ ਯਾਰ, ਉਹਨਾਂ ਕੋਲ ਸਿਰਫ ਇਹ ਇੱਕੋ ਮੌਕਾ ਸੀਗਾ, ਅੱਗੇ ਹੁਣ ਉਹ ਜਵਾਕ ਵੀ ਨਹੀਂ ਪੈਦਾ ਕਰ ਸਕਦੇ। ਜਵਾਕ ਨਹੀਂ ਪੈਦਾ ਕਰ ਸਕਦੇ? ਹਾਂ ਉਹ ਉਹਨਾਂ ਦਾ ਆਪਰੇਸ਼ਨ ਹੋ ਗਿਆ। ਹਾਏ ਰੱਬਾ ਇਹ ਤਾਂ ਬਹੁਤ ਮਾੜਾ ਹੋਇਆ। ਇਹ ਤਾਂ ਕੀ ਮਾੜਾ ਹੋਇਆ, ਇਸ ਤੋਂ ਮਾੜਾ ਤਾਂ ਹਜੇ ਹੋਰ ਹੈ ਨਾ। ਹੁਣ ਹੋਰ ਕੀ ਗੱਲ ਹੋ ਗਈ, ਪਹਿਲੀ ਮੇਰੀ ਜਾਨ ਤਾਂ ਮੁੱਠੀ 'ਚ ਆ ਗਈ, ਹੁਣ ਤੁਸੀਂ ਮੇਰੀ ਜਾਨ ਲਾਓਗੇ? ਹਾਂ ਮੈਂ ਤੇਰੀ ਜਾਨ ਹੀ ਲੈਣੀ ਹੈ ਹੁਣ ਤਾਂ। ਆ ਤੁਸੀਂ ਕੀ ਬੁਝਾਰਤਾਂ ਜਿਹੀਆਂ ਪਾਈ ਜਾਂਦੇ ਹੋ ਜੀ, ਮੈਨੂੰ ਤੁਹਾਡੀ ਕੁਛ ਸਮਝ ਨਹੀਂ ਆ ਰਹੀ। ਜਿਹੜਾ ਬੱਚਾ ਨਾ ਇਹ ਆਪਾਂ ਨੂੰ ਉਹਨਾਂ ਨੂੰ ਦੇਣਾ ਪੈਣਾ। ਨਾ ਨਾ ਇਹ ਤੁਸੀਂ ਕੀ ਕਹਿ ਰਹੇ ਹੋ, ਤੁਹਾਡਾ ਦਿਮਾਗ ਟਿਕਾਣੇ ਹੈ? ਨਾ ਨਾ ਮੈਂ ਆਪਣਾ ਬੱਚਾ ਨਹੀਂ ਦੇ ਸਕਦੀ ਕਿਸੇ ਨੂੰ। ਦੇਣਾ ਪਊ ਯਾਰ, ਹੋਰ ਕੋਈ ਹੱਲ ਵੀ ਨਹੀਂ ਨਾ। ਨਾ ਨਾ ਭਲਾ ਇੱਕ ਮਾਂ ਆਪਣੇ ਜਿਗਰ ਦੇ ਟੁਕੜੇ ਨੂੰ ਆਪਣੇ ਤੋਂ ਦੂਰ ਕਿਵੇਂ ਕਰ ਸਕਦੀ ਹੈ? ਮੈਂ ਮੰਨਦਾ ਯਾਰ ਤੂੰ ਨਹੀਂ ਕਰ ਸਕਦੀ, ਪਰ ਤੂੰ ਇਹ ਵੀ ਦੇਖ ਨਾ ਆਪਾਂ ਤਾਂ ਜਵਾਕ ਹੋਰ ਵੀ ਪੈਦਾ ਕਰ ਸਕਦੇ ਹਾਂ, ਪਰ ਉਹ ਉਹਨਾਂ ਕੋਲ ਇੱਕੋ ਮੌਕਾ ਸੀ ਵਿਚਾਰਿਆਂ ਕੋਲ। ਨਹੀਂ ਨਹੀਂ ਸਾਨੂੰ ਕੀ ਪਤਾ ਹੈ ਇੱਕ ਮਾਂ ਦੀ ਮਮਤਾ ਦਾ? ਨਾ ਨਾ ਮੈਨੂੰ ਆਪਦੇ ਤੋਂ ਦੂਰ ਨਹੀਂ ਕਰ ਸਕਦੀ। ਉਹ ਮੈਂ ਸਭ ਜਾਣਦਾ ਮਾਂ ਦੀ ਮਮਤਾ ਯਾਰ, ਮੈਂ ਵੀ ਤਾਂ ਬਾਪ ਆਇਆ, ਮੇਰੇ ਬਾਰੇ ਵੀ ਤਾਂ ਸੋਚ, ਉਹਨਾਂ ਬਾਰੇ ਵੀ ਸੋਚ ਯਾਰ। ਤੂੰ ਐਂ ਦੇਖ ਜੇ ਤੂੰ ਭਾਬੀ ਦੀ ਥਾਂ ਤੇ ਹੁੰਦੀ ਉਹ ਤੇਰੇ ਦਿਲ ਤੇ ਕੀ ਬੀਤਦੀ, ਤੇ ਮੈਂ ਸ਼ਿਵਬਾਈ ਦੀ ਥਾਂ ਤੇ ਹੁੰਦਾ ਮੇਰੇ ਦਿਲ ਤੇ ਕੀ ਬੀਤਰੀ ਹੁੰਦੀ। ਉਹ ਆਹੀ ਟਾਈਮ ਆ ਉਹਨਾਂ ਦਾ ਸਹਾਰਾ ਬਣਦਾ। ਪਰ ਤੁਸੀਂ ਸੋਚੋ ਵੀ ਭਲਾ ਇਹ ਮੇਰੇ ਤੋਂ ਕਿਵੇਂ ਦੂਰ ਕਰੂੰਗੀ ਮੈਂ ਇਹਨੂੰ? ਯਾਰ ਕੀ ਕਹੀ ਜਾਨੀ ਆ ਤੂੰ, ਤੂੰ ਐਂ ਦੱਸ ਕੱਲਾ ਜਵਾਕ ਆਪਣੇ ਕੋਲ, ਹੋਰ ਆਪਣੇ ਪੱਲੇ ਹੈ ਕੀ? ਹੈ ਕੀ ਕਰ ਲਾਂਗੇ ਆਪਾਂ, ਆਪਣੇ ਕੋਲ ਨਾ ਪੈਸਾ ਨਾ ਘਰ ਆ ਨਾ ਕੁਛ ਹੋਰ ਆ। ਉਹ ਸਿਰੀ ਦਾ ਜਵਾਕ ਸਿਰੀਓ ਰਲਦਾ ਹੁੰਦਾ ਤੇ ਕੂੜਾ ਚੁੱਕਣ ਵਾਲੇ ਦਾ ਕੂੜਾ ਚੁੱਕਣ ਵਾਲੀ ਬਣਦਾ ਹੁੰਦਾ। ਨਹੀਂ ਮੈਂ ਇਹਨੂੰ ਪੜ੍ਹਾ ਲਿਖਾ ਕੇ ਵੱਡਾ ਅਫਸਰ ਬਣਾਉਂਗੀ। ਉਹ ਬਸ ਰਹਿਣ ਦੇ ਯਾਰ, ਮੈਂ ਜਾਣਦਾ ਬਣਾਏਗੀ ਤੂੰ ਵੱਡਾ ਅਫਸਰ, ਇਹਨੂੰ ਵੱਡਾ ਅਫਸਰ ਬਣਾਊਗੀ ਇਹ। ਤੂੰ ਠੰਡੇ ਮਤੇ ਨਾਲ ਗੱਲ ਸੋਚ ਯਾਰ, ਮੈਂ ਤੇਰੇ ਨਾਲ ਗੁੱਸਾ ਵੀ ਨਹੀਂ ਕਰ ਸਕਦਾ, ਪਰ ਕਰਾਂ ਕੀ, ਹਾਲਾਤ ਹੀ ਇਹੋ ਜਿਹੇ ਨੇ। ਤੂੰ ਮੇਰੀ ਗੱਲ ਸੁਣ, ਜੇ ਆਪਾਂ ਜਵਾਕ ਉਹਨੂੰ ਦੇ ਵੀ ਦਿੱਤਾ ਠੀਕ ਹੈ, ਉਹ ਰਹੂ ਤਾਂ ਆਪਣੀ ਅੱਖਾਂ ਸਾਹਮਣੇ, ਖੇਡੂ ਆਪਣੀ ਅੱਖਾਂ ਸਾਹਮਣੇ। ਫਿਰ ਤੁਸੀਂ ਮੈਨੂੰ ਵੀ ਸਮਝੋ ਨਾ ਜੀ, ਭਲਾ ਮੈਨੂੰ ਆਪਦੇ ਤੋਂ ਦੂਰ ਕਿਵੇਂ ਕਰੂੰਗੀ? ਮੈਂ ਵੀ ਤਾਂ ਆਪਣੇ ਤੋਂ ਦੂਰ ਕਰ ਰਿਹਾ, ਤੂੰ ਐਂ ਨਾ ਕਰ। ਬਸ ਯਾਰ ਮੈਂ ਹੁਣ ਕੁਛ ਨਹੀਂ ਕਹਿ ਸਕਦਾ ਇਸ ਤੋਂ ਅੱਗੇ ਤੈਨੂੰ, ਹੈਂ ਕੁੱਲੀਆਂ ਦੇ ਵਿੱਚ ਰਹਿੰਦੇ ਹੋਏ ਜਵਾਕ
कदे देखिया ते भी अफसर बनते हो नहीं ना नहीं मैं नहीं चाहता यार ये गरीब का जवाक गरीब ही रहे अपने भी तो सुपने ना अपना जवाक कोई बड़ा अफसर बने मैं मानता यार मुड़के अपना जवाक कहीं नहीं बजना पर रहू तो अखा सामने ना यार जिहड़ी मेन गल आ ना यार वो तो यही आ आपां तां बच्चा होर भी पैदा कर सकते हैं पर वो नहीं कर सकते यार तू समझण दी क्यों नहीं कोशिश कर रही जिती समझण दी कोशिश कर यार जवाक दे दे मैनू ना ना मैं नहीं तू कर सकती यार दे दे प्लीज हाथ जोड़दा मैं पढ़ा दे जवाक नू नहीं मेरी मन्ना जी मैं नहीं दूर कर सकती यार तू क्यों नहीं समझ रही यार दे दे यार जवाक नू जिती पढ़ा दे जवाक नू यार नहीं जी छड़ दो जदों दी हस्पताल तो आई है ना तू शिफ्ट उदों दा इहनू चक्की फिरदा है मैनू भी नहीं फड़ाउंदा एक मिनट ओ लै मुस्से कानू हुनी है लै मां तू फड़ लै तेनू नहीं बहे सिखाउंदे लै मां उपड़े 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 ਆਗਿਆ ਦਾਦੀ ਲਵੇ ਕਿੰਨਾ ਸੋਹਣਾ ਆ ਫੇਰ ਸੋਹਣਾ ਤਾਂ ਹੋਣਾ ਹੀ ਆ ਉਹਦੀ ਮੰਮੀ ਜੋ ਸੋਹਣੀ ਆ ਚੱਲ ਭੈਣ ਲੱਗ ਪਿਓ ਕੀ ਘੱਟ ਸੋਹਣਾ ਹੈਗਾ ਅੱਛਾ ਮੈਂ ਇਹ ਕਹਿੰਦਾ ਸੀ ਉਹ ਮਾਤਾ ਦੇਖੀ ਹਵਾ ਨਾਲ ਲਵਾ ਲਈ ਲੈ ਵੱਡਾ ਸਿਆਣਾ ਆਇਆ ਮੈਨੂੰ ਮੱਤਾਂ ਦੇਣ ਵਾਲਾ ਮੈਂ ਤੈਨੂੰ ਵੀ ਤਾਂ ਪਾਲਿਆ ਹੀ ਹੈ ਤੈਨੂੰ ਆਇਆ ਮੈਂ ਮਾਂ ਨੂੰ ਕੁਛ ਪਤਾ ਹੀ ਜਿਹੜੇ ਨੀ ਹਵਾ ਲੱਗਦੀ ਨਾਲੇ ਤੇਰੇ ਨਾਲੋਂ ਵੱਧ ਪਿਆਰਾ ਤਾਂ ਮੈਨੂੰ ਹੈ ਮੇਰਾ ਪੁੱਤਾ ਚੰਗਾ ਜੀ ਤੁਸੀਂ ਜਿੱਤ ਗਏ ਤੁਹਾਡਾ ਪੱਤਾ ਕਿੱਥੇ ਆ ਗਿਆ ਚੱਲ ਕੋਈ ਨਹੀਂ ਪਿਆਰ ਵਾਲਾ ਮੈਂ ਆਈ ਕਹਿੰਦੀ ਸੀ ਮੈਂ ਨੂੰ ਬਾਹਰ ਗੇੜੇ ਕਢਾ ਦਿਓ ਮੈਂ ਤਾਂ ਪੈਰ ਪੈਣ ਨਾਲ ਚੁੰਮਾ ਥੱਕੀ ਪਈ ਹਾਂ ਚੱਲ 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 ਹੁਣੀ ਲੈ ਕੇ ਚੱਲਦਾ ਹੌਲੀ ਹੌਲੀ ਫਿਰ ਤੈਨੂੰ ਖਿਆਲ ਨਾ ਕੰਮ ਵੀ ਤਾਂ ਕਰਾਉਣੇ ਨੇ ਚੱਲ ਪਤਾ ਨਹੀਂ ਮਾਂ ਇਹਦੀ ਮਾਂ ਨੇ ਕੀ ਖਵਾਇਆ ਇਹਨੂੰ ਆ ਦੁੱਖ ਦੱਖ ਦਾ ਜਮੀ ਨਹੀਂ ਮੰਨਦੀ ਹੌਲੀ ਤੁਰ ਪਾ ਮਾਂ ਜਦੋਂ ਮਾਂ ਦੀ ਬੁੱਕਲ ਚ ਉਹਦਾ ਜਵਾਕ ਆ ਜਾਂਦਾ ਨਾ ਸਹੀ ਸਲਾਮ ਅੱਧੇ ਦੁੱਖ ਤਾਂ ਉਹਦੇ ਉਦੋਂ ਹੀ ਟੁੱਟ ਜਾਂਦੇ ਹਾਂ ਚੰਗਾ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਉਦੋਂ ਤਾਂ ਸ਼ਿਵ ਨੂੰ ਡਾਕਟਰ ਕਹਿੰਦਾ ਸੀ ਵੀ ਕੁੜੀ ਹੈ ਅਰੇ ਮੁੰਡਾ ਕਿਵੇਂ ਹੋ ਗਿਆ ਇਹਦੇ ਚ ਵੀ ਕੋਈ ਰਾਜ ਹੈ ਇੱਧਰ ਮੈਨੂੰ ਫੜਾਵੇ ਮੇਰਾ ਪੁੱਤ ਹੈਗਾ ਲੈ ਫੜਾ ਮੈਂ ਚੱਕਾਂ ਇਹਨੂੰ ਕਿਵੇਂ ਚੱਕਾਂ ਮੈਂ ਲੋਰੀਆਂ ਦੇਣੀਆਂ ਫੜਾ ਇੱਧਰ ਦੱਸ ਮੰਮੀ ਕੋਲ ਤਾਂ ਨਹੀਂ ਜਾਂਦਾ ਸੁੱਤਾ ਉੱਠਾ ਮੇਰੇ ਕੋਲ ਜਮਾ ਨਹੀਂ ਆਇਆ ਫੜਾ ਦੋ ਤੁਸੀਂ ਇੱਕ ਵਾਰ ਵੀ ਰੋਇਆ ਨਹੀਂ ਨਾ ਫਿਰ ਮੇਰਾ ਵੀ ਜੀ ਕਰਦਾ ਵੀ ਮੈਂ ਵੀ ਆਪਦੇ ਪੋਤੇ ਨੂੰ ਖੜਿਆ ਵਾਂ ਗੋਦੀ ਚੱਕਾਂ ਦਾਦੀ ਦਾ ਤਾਂ ਕਿਤੇ ਨਾਮ ਹੀ ਲੈ ਹੱਦ ਕਰਦਾ ਲਫੜਾ ਇੱਕ ਅੱਧੀ ਲੋਰੀ ਹੁਣ ਮੈਂ ਵੀ ਆਪਦੇ ਪੋਤੇ ਨੂੰ ਮੇਰਾ ਸੋਹਣਾ ਪੁੱਤ ਜਮਾ ਹੀ ਦਾਦੀ ਤੇ ਹੈ ਦਾਦੀ ਤੇ ਨਾ ਜਦੋਂ ਛੋ ਜਾਂਦਾ ਨਾ ਮੇਰਾ ਜਮਾ ਜੀ ਨਹੀਂ ਲੱਗਦਾ ਮੈਂ ਤਾਂ ਮੂੰਹ ਹੀ ਦੇਖੀ ਜਾਂਦੀ ਹਾਂ ਮੂੰਹ ਹੀ ਦੇਖੀ ਜਾਂਦੀ ਹਾਂ ਜਾਗਦਾ ਹੀ ਰਿਹਾ ਕਰ ਨੰਨੇ ਜਾਗਦਾ ਹੀ ਰਿਹਾ ਕਰ ਓਏ ਐਂ ਹੀ ਖੁਸ਼ ਰੱਖਿਆ ਕਰ ਸਾਰਿਆਂ ਨੂੰ ਦੇਖਿਆ ਦਾ ਲਾਡਲਾ ਪੁੱਤਾ ਇਹ ਬਾਪੂ ਦਾ ਲਾਡਲਾ ਉਹ ਮੈਂ ਤਾਂ ਬਾਪੂ ਕਹਾਇ ਕਰੂੰਗਾ ਮੈਂ ਨਹੀਂ ਆ ਡੈਡੀ ਡੂਡੀ ਜਾ ਕਹਾਂਗਾ ਆਹੋ ਆਹੋ ਮੈਂ ਤਾਂ ਆਪਦੇ ਪੁੱਤ ਨੂੰ ਜੈਂਕੀ ਜਿਹਾ ਬਣਾਉਂਗੀ ਐ ਵਾਲ ਵੂਲ ਖੜੇ ਕਰਕੇ ਪੈਂਟ ਸ਼ਰਟ ਪਵਾਇਆ ਕਰੂੰ ਮੈਂ ਪੱਗ ਬਣਵਾਇਆ ਹਾਂ ਮੇਰੇ ਪੁੱਤ ਦਾ ਪੱਗ ਬਣਵਾ ਦਿਆ ਕਰੋ ਮੇਰੀ ਗੱਲ ਸੁਣੋ ਗੱਲਾਂ ਫੇਰ ਮਾਰ ਲਿਓ
मौसम जहाँ ना तितलियां फितलियां जहाँ फिर दिया ने कोई आँख चपाई जुगे दे कुछ इन्होंने अंदर लेके जाओ। हाँ मम्मी आज चल आजा। ठीक है। पुलिस इलाके में जाओ। ला लाएंगे ला लाएंगे। मेरा नन्नू ऐश करता नहीं मेरा नन्नू ऐश करता। वो चुप कर जाना यार। क्यों रो जानी है? वो नले। फिर बाइहुरी की सोचने के नलता सानी जुबाक देता। ਨਾਲੇ ਹੁਣ ਵੀ ਵਿੱਚ ਨੀ ਤਰੱਕੀ ਬੈਠੇ ਨੇ ਚੁੱਪ ਕਰ ਜਾ ਕਿਵੇਂ ਨਾ ਰੋਵਾਂ ਕਿਉਂ ਨਾ ਨੀਂਦ ਰੱਖਾਂ ਮੈਂ ਆਪਦੀ ਕੁੱਖ ਚੋਂ ਜਨਮ ਦਿੱਤਾ 9 ਮਹੀਨੇ ਵੀ ਆਪਦੇ ਪੇਟ ਚ ਰੱਖਿਆ ਮੈਂ ਬਲਾ ਨੂੰ ਦੂਸਰਿਆਂ ਦੀ ਗੋਦ ਚ ਕਿਵੇਂ ਚੱਲ ਸਕਦੀ ਆ ਮੈਂ ਸਮਝ ਸਕਦਾ ਜੀ ਤੇਰੀ ਗੱਲ ਪਰ ਤੂੰ ਚੁੱਪ ਕਰ ਜਾ ਜੀ ਕਰਦਾ ਨਾ ਮੂੰਹ ਬੰਦ ਕਰਦਾ ਯਾਰ ਮੈਂ ਰੋਂਦੀ ਦਾ ਮੂੰਹ ਬੰਦ ਕਰਨਾ ਤਾਂ ਮੇਰੇ ਗਲੇ ਹੀ ਕਰ ਦੋ ਉਹ ਵੀ ਤਾਂ ਇਹਨਾਂ ਨੇ ਮਾਰੀ ਜਾਣਾ ਘੁੱਟ ਘੁੱਟ ਕੇ ਨਾ ਭੈਣੇ ਤੂੰ ਕਾਹਨੂੰ ਮਰਨਾ ਤੂੰ ਤਾਂ ਜਿਉਂ ਲੈ ਆਪਦੀ ਜ਼ਿੰਦਗੀ ਜੇ ਤੂੰ ਜਿਉਂਦੀ ਰਹੇਂਗੀ ਨਾ ਕੋਈ ਤਾਂ ਪਰਿਵਾਰ ਚੋਂ ਮਰੂਗਾ ਹੀ ਜਾਂ ਲੈ ਲੈ ਆਪਦਾ ਬੱਚਾ ਕੀ ਗੱਲ ਭੈਣੇ ਹੁਣ ਚੁੱਪ ਹੀ ਕਰ ਗਈ ਨਹੀਂ ਨਹੀਂ ਵੀਰੇ ਇਹੋ ਜੀ ਤਾਂ ਕੋਈ ਗੱਲ ਨਹੀਂ ਪਰ ਤੁਸੀਂ ਉਹ ਦਿਨ ਰੱਖੜੀ ਬਣਾ ਕੇ ਅੱਜ ਤਾਂ ਮੁੱਲ ਤਾਰ ਲਿਆ ਨਾ ਉਹ ਨਾ ਨਾ ਜੀਤੀ ਭੈਣ ਆਹ ਕਿਹੜੀਆਂ ਗੱਲਾਂ ਕਰੀ ਜਾਣੀਆਂ ਮੈਂ ਕੋਈ ਬੱਚੇ ਦਾ ਸੌਦਾ ਥੋੜੀ ਕੀਤਾ ਮੈਂ ਤਾਂ ਤੁਹਾਡੇ ਮੂਹਰੇ ਸਿਰਫ ਤਾਂ ਝੋਲੀ ਅੱਡੀ ਸੀ ਵੀ ਇੱਕ ਭੈਣ ਹੀ ਸਮਝ ਸਕਦੀ ਹੈ ਆਪਦੇ ਭਾਈ ਦਾ ਦੁੱਖ ਇੱਕ ਭੈਣੇ ਬਸ ਆਪਦਾ ਘਰ ਜਾ ਕੇ ਭਾਈ ਦਾ ਘਰ ਬਚਾ ਸਕਦੀ ਹੈ ਭੈਣੇ ਮੈਨੂੰ ਕੋਈ ਨਹੀਂ ਦਿਖਿਆ ਤੇ ਤੂੰ ਨੇੜੇ ਮੈਨੂੰ ਹੋਰ ਕੋਈ ਨਹੀਂ ਦਿਖਿਆ ਤੂੰ ਮੈਨੂੰ ਇੱਕ ਗੱਲ ਦੱਸ ਆਪਦੇ ਭਾਈ ਦਾ ਘਰ ਉੱਜੜਦਾ ਦੇਖ ਲੈਂਦੀ ਤੂੰ ਪਰ ਵੀਰੇ ਇੱਕ ਮਾਂ ਦਾ ਕਾਲਜਾ ਤਾਂ ਪਾੜਦੀ ਹੈ ਨਾ ਉਹ ਭੈਣੇ ਮੈਂ ਸਮਝਦਾ ਇੱਕ ਮਾਂ ਦਾ ਕਾਲਜਾ ਪਾੜਦਾ ਪਰ ਇੱਕ ਮਾਂ ਨੇ ਦੂਜੀ ਮਾਂ ਨੂੰ ਤਾਂ ਬਚਾਇਆ ਉਹ ਤੂੰ ਇਹ ਤਾਂ ਸਮਝ ਲੈ ਦਫਾ ਹੋਵੇ ਦੂਜੀ ਮਾਂ ਖੜ ਕੇ ਨਾ ਨਾ ਭੈਣੇ ਇਹ ਕਹਿੰਦੀ ਫਿਰ ਤੂੰ ਰੋਂਦੀ ਨਹੀਂ ਸੀ ਤੂੰ ਜਰਦੀ ਨਹੀਂ ਸੀ ਉਹਦੀ ਬੁੱਕਲ ਚ ਆਪਦੇ ਬੱਚੇ ਨੂੰ ਉਹਨੂੰ ਜਾ ਕੇ ਤੂੰ ਉਹਦਾ ਗਲ ਦੱਬ ਦਿੰਦੀ ਮਾਰ ਦਿੰਦੀ ਤੂੰ ਉਹਨੂੰ ਇਹ ਸਾਰਾ ਕੁਛ ਨਾ ਤੂੰ ਸਿਰਫ ਆਪਦੇ ਜਿਹੜਾ ਕਾਲਜਾ ਪਾੜਦਾ ਨਾ ਉਹਦੇ ਕਰਕੇ ਕਰ ਰਹੀ ਹੈ ਆ ਵੀਰੇ ਤੁਸੀਂ ਆਪ ਹੀ ਸਮਝੋ ਇੱਕ ਮੈਂ ਆਪਦੇ ਬੱਚੇ ਨੂੰ ਕਿਵੇਂ ਦੂਰ ਕਰ ਸਕਦੀ ਹੈ ਪਰ ਭੈਣੇ ਮਾਂ ਦਾ ਕਾਲਜਾ ਤਾਂ ਏਡਾ ਵਿਸ਼ਾਲ ਹੁੰਦਾ ਜਦੋਂ ਆਪਦਾ ਢਿੱਡ ਪੜਵਾ ਕੇ ਉਹ ਬੱਚੇ ਨੂੰ ਜਨਮ ਦੇ ਸਕਦੀ ਹੈ ਉਹ ਫਿਰ ਇੱਕ ਘਰ ਨਹੀਂ ਬਚਾ ਸਕਦੀ ਉਹ ਭੈਣੇ ਘਰ ਉੱਜੜ ਜੂ ਮੇਰਾ ਘਰ ਉੱਜੜ ਜੂ ਜਾਂ ਤੂੰ ਮੈਨੂੰ ਇਹ ਦੱਸ ਆਪਦੇ ਭਾਈ ਦਾ ਘਰ ਉੱਜੜਦਾ ਦੇਖ ਸਕਦੀ ਹੈ ਤਾਂ ਜਾ ਮੈਂ ਲਿਆ ਕੇ ਦੇ ਦਿੰਦਾ ਤੈਨੂੰ ਜਵਾਬ ਨਹੀਂ ਵੀਰੇ ਮੇਰੀ ਗੱਲ ਸੁਣੋ ਨਹੀਂ ਨਹੀਂ ਜੇ ਤੁਸੀਂ ਹੁਣ ਮੈਨੂੰ ਭੈਣੇ ਸਮਝ ਲਿਆ ਤਾਂ ਮੈਂ ਆਪਦੇ ਵੀਰ ਦਾ ਘਰ ਕਦੇ ਨਹੀਂ ਉੱਜੜਨ ਦਊਂਗੀ ਭੈਣੇ ਸੱਚ ਕਹਿੰਦੇ ਨੇ ਭੈਣਾਂ ਨਾਲ ਦੂਜੀਆਂ ਮਾਵਾਂ ਹੁੰਦੀਆਂ ਨੇ ਤੁਸੀਂ ਮੇਰੀ ਜ਼ਿੰਦਗੀ ਬਖਸ਼ਤੀ ਨਹੀਂ ਵੀਰੇ ਜ਼ਿੰਦਗੀ ਬਖਸ਼ਤੀ ਮੇਰਾ ਘਰ ਬਖਸ਼ਦਾ ਤੁਸੀਂ ਨਾ ਨਾ ਬਾਈ